ਅੱਜ ਗੱਲ ਕਰਾਂਗੇ ਲੋਕ ਸਭਾ ਹਲਕਾ ਫਰੀਦਕੋਟ ਦੀ। ਲੀਡਰ ਨੇ ਉਹ ਵੱਡੇ ਪੱਧਰ ਤੇ ਜਿਹੜਾ ਚੋਣ ਪ੍ਰਚਾਰ ਆ ਕਰ ਰਹੇ ਨੇ, ਜਿੰਨੇ ਵਾਅਦੇ ਕੀਤੇ ਸੀ ਪੰਜਾਬ ਸਰਕਾਰ ਨੇ, ਭਗਵੰਤ ਮਾਨ ਨੇ ਜਿੰਨੇ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਨਹੀਂ ਕੀਤੇ। ਬੇਰੋਜ਼ਗਾਰੀ ਖਤਮ ਕਰਨੀ, ਮੇਨ ਮੁੱਦਾ ਇਹੀ ਹੈ। 12-12 ਪੜ੍ਹੇ ਬੱਚੇ ਨਸ਼ੇ ਖਾਈ ਜਾਂਦੇ ਆ ਜੀ, ਇਕੱਲੇ-ਇਕੱਲੇ ਪੁੱਤ ਮਾਵਾਂ ਦੇ ਮੁੱਕੇ ਹੋਇਆ ਇਕੱਲੇ-ਇਕੱਲੇ। ਸਰਕਾਰ ਨੇ ਕਿਹਾ ਸੀ ਵੋਟਾਂ ਤੋਂ ਪਹਿਲਾਂ ਵੀ ਜਿਹੜਾ ਨਸ਼ਾ ਬਿਲਕੁਲ ਖਤਮ ਕਰ ਦਿਆਂਗੇ। ਕੁਛ ਨਹੀਂ ਹੋਇਆ, ਨਸ਼ਾ ਬਰਬਾਦ ਹੋਣਾ ਕੀਤਾ ਕਿ ਪਏ, ਕੋਈ ਵੋਟ ਨਹੀਂ ਪਾਉਣੀ। ਭਗਵੰਤ ਮਾਨ ਕਹਿੰਦੇ ਸੀ ਇਕੱਲੀ-ਇਕੱਲੀ ਬੁੜੀ ਨੂੰ ਮੈਂ ਹਜ਼ਾਰ-ਹਜ਼ਾਰ ਪਾਊਂਗਾ, ਉਹ ਵੀ ਨਹੀਂ ਕਿਸੇ ਨੇ ਪਾਈ। ਜਿਹੋ ਜਿਹਾ ਕੁਛ ਅੱਗੇ ਕਲਾਕਾਰ ਕਰਕੇ ਉਹੋ ਜਿਹਾ ਕੁਛ ਇਹ ਕਲਾਕਾਰ ਕਰ ਜੂਗਾ ਜੀ। ਮੰਗਾਂ ਕੋਈ ਮੰਗ ਕੀਤੀ ਕਿਹੜੀ ਪੂਰੀ? ਕੋਈ ਮੰਗ ਨਹੀਂ ਪੂਰੀ ਕੀਤੀ। ਬਹੁਤ ਜ਼ਿਆਦਾ ਹਾਲਾਤ ਖਰਾਬ ਆ। ਹੁਣ ਕਿਸੇ ਨੂੰ ਵੋਟ ਨਹੀਂ ਪਾਉਣੀ ਜਿੰਨਾ ਚਿਰ ਪਹਿਲੇ ਆਧਾਰ 'ਤੇ ਨਸ਼ਾ ਬੰਦ ਨਹੀਂ ਹੁੰਦਾ। ਅੱਜ ਗੱਲ ਕਰਾਂਗੇ ਲੋਕ ਸਭਾ ਹਲਕਾ ਫਰੀਦਕੋਟ ਦੀ। ਲੋਕ ਸਭਾ ਹਲਕਾ ਫਰੀਦਕੋਟ ਜਿੱਥੇ ਕਿ 15,67,173 ਦੇ ਕਰੀਬ ਜਿਹੜੇ ਵੋਟਰ ਨੇ, ਜਿਹੜੇ ਇਸ ਵਾਰ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਪਣੀ ਮਨਪਸੰਦ ਪਾਰਟੀ ਦਾ ਉਮੀਦਵਾਰ ਚੁਣ ਜਾ ਰਹੇ ਨੇ। ਲੋਕ ਸਭਾ ਹਲਕਾ ਫਰੀਦਕੋਟ ਤੋਂ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਸੰਸਦੀ ਸਕੱਤਰ ਸੀਤਲ ਸਿੰਘ ਦੇ ਬੇਟੇ ਰਾਜਵਿੰਦਰ ਸਿੰਘ ਧਰਮਕੋਟ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਅਤੇ ਬੀਜੇਪੀ ਜਿਹੜੀ ਪਾਰਟੀ ਆ ਬੀਜੇਪੀ ਵੱਲੋਂ ਪਰਮ ਸ਼੍ਰੀ ਹੰਸ ਰਾਜ ਹੰਸ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਇਸੇ ਤਰ੍ਹਾਂ ਹੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਫਿਲਮੀ ਕਲਾਕਾਰ ਅਤੇ ਮਸ਼ਹੂਰ ਗਾਇਕ ਕਰਮਜੀਤ ਅਨਮੋਲ ਨੂੰ ਜਿਹੜਾ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਇਸੇ ਤਰ੍ਹਾਂ ਹੀ ਕਾਂਗਰਸ ਪਾਰਟੀ ਵੱਲੋਂ ਅਮਰਜੀਤ ਕੌਰ ਸਾਹੋਕੇ ਨੂੰ ਜਿਹੜਾ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਚਟੋਨਾ ਮੁਕਾਬਲਾ ਕਿਹਾ ਜਾ ਸਕਦਾ ਹੈ। ਵੱਖ ਵੱਖ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹ ਵੱਡੇ ਪੱਧਰ 'ਤੇ ਜਿਹੜਾ ਚੋਣ ਪ੍ਰਚਾਰ ਆ ਕਰ ਰਹੇ ਨੇ। ਵੱਡੇ ਪੱਧਰ 'ਤੇ ਜਿਹੜੇ ਸਾਡੇ ਉਮੀਦਵਾਰ ਨੇ ਉਹਨਾਂ ਦਾ, ਜਿਹੜਾ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਦਾ ਵਿਰੋਧ ਵੀ ਹੋ ਰਿਹਾ। ਕਿਉਂ ਵਿਰੋਧ ਹੋ ਰਿਹਾ, ਕੀ ਲੋਕਾਂ ਦੇ ਮੁੱਦੇ ਨੇ, ਇਹ ਸਭ ਕੁਝ ਜਾਣਨ ਲਈ ਅੱਜ ਗਰਾਊਂਡ ਜ਼ੀਰੋ 'ਤੇ PTC ਨਿਊਜ਼ ਲੋਕਾਂ ਦੇ ਨਾਲ ਗੱਲਬਾਤ ਕਰੇਗਾ। ਆਵਾਮ ਕੀ ਚਾਹੁੰਦਾ ਹੈ ਉਹ ਤੁਹਾਡੇ ਰੂਬਰੂ ਕਰੇਗਾ। ਆਓ ਚੱਲਦੇ ਹਾਂ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਵਿੱਚ, ਕੀ ਮੁਸ਼ਕਲਾਂ ਨੇ ਉਹਨਾਂ ਦੀ। ਇਸ ਵਕਤ ਅਸੀਂ ਖੜ੍ਹੇ ਹਾਂ ਲੋਕ ਸਭਾ ਹਲਕਾ ਫਰੀਦਕੋਟ ਦੇ ਹਲਕਾ ਮੋਗਾ ਦੇ ਵਿੱਚ। ਮੋਗਾ ਦੇ ਵਸਿੰਦਿਆਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦੀਆਂ ਮੰਗਾਂ ਨੇ, ਕੀ ਉਹਨਾਂ ਦੇ ਮੁੱਦੇ ਨੇ ਜਿਸ ਦੇ ਆਧਾਰ 'ਤੇ ਉਹ ਇਸ ਵਾਰ ਆਪਣੀ ਵੋਟ ਪਾਉਣ ਜਾ ਰਹੇ ਨੇ, ਕਿਹੋ ਜਿਹਾ ਉਹ ਲੀਡਰ ਚੁਣਨਾ ਚਾਹੁੰਦੇ ਨੇ। ਵੋਟਾਂ ਹਰੇਕ ਵਾਰੀ ਆਉਂਦੀਆਂ, ਹਰੇਕ ਵਾਰੀ ਪਾਈ ਦੀਆਂ, ਪਰ ਸਾਡੇ ਮੋਗੇ ਦਾ ਕੋਈ ਸੁਧਾਰ ਨਹੀਂ। ਸਾਰੀਆਂ ਸੜਕਾਂ ਟੁੱਟੀਆਂ, ਬੁਰਾ ਹਾਲ ਆ। ਕਦੋਂ ਗੱਡੀ ਲੈ ਕੇ ਲੰਘਣ ਨੂੰ ਰਾਹ ਹੈ ਨਹੀਂ ਗਈ। ਰੁਜ਼ਗਾਰ ਮਰੀ ਜਾਂਦਾ ਸਾਡੇ, ਇੱਥੋਂ ਦੇ ਬੰਦੇ ਆ ਮੁੰਡੇ ਸਾਡੇ ਬਾਹਰ ਜਾਈ ਜਾਂਦੇ, ਜੇ ਇੱਥੇ ਸਾਡੇ ਕੰਮ ਹੋਵੇ ਸਾਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ। 5 ਸਾਲ ਪਹਿਲਾਂ ਸਦੀਕ ਸਾਹਿਬ ਨੂੰ ਵੋਟਾਂ ਪਾਈਆਂ, ਕਿੰਨਾ ਕੰਮ ਕਰਾਇਆ ਬਈ। ਉਦੋਂ ਵੀ ਇਹੀ ਹਾਲ, ਸਦੀਕ ਸਾਹਿਬ ਇੱਥੇ ਆ ਕੇ ਇੱਕ ਵਾਰੀ ਨਹੀਂ ਮਿਲੇ ਸਾਨੂੰ, ਸਾਡੇ ਕੋਲ ਆਏ ਨਹੀਂ, ਉਹੀ ਹਾਲ ਹੋਣਾ। ਹੁਣ ਉਦੋਂ ਵੀ ਬੁਰਾ ਹਾਲ ਹੋ ਗਿਆ ਹੁਣ ਤਾਂ। ਹੁਣ ਉਮੀਦਵਾਰ ਕਿਹੋ ਜਿਹਾ ਚੁਣਿਆ? ਉਮੀਦਵਾਰ ਦਾ ਕੀ ਚੁਣ ਗਿਆ ਸੀ? ਹਰੇਕ ਵਾਰ ਆਉਂਦੇ ਝੂਠੀਆਂ ਤਸੱਲੀਆਂ ਦੇ ਜਾਂਦੇ, ਮੁੜ ਜਾਂਦੇ, ਕੋਈ ਨਹੀਂ ਖੜਦਾ ਅੱਗੇ। ਮੋਗੇ ਸ਼ਹਿਰ ਦਾ ਬੁਰਾ ਹਾਲ ਆ, ਮੋਗਾ ਸਿਟੀ ਆ, ਨਹੀਂ ਇਹਦਾ ਵਧੀਆ ਹੋਵੇ ਇਹਦਾ ਹੀ ਬੁਰਾ ਹਾਲ ਕੀਤਾ ਪਿਆ। ਲੀਡਰ ਉਹੀ ਆਵੇ ਜੀ, ਜੇਕਰ ਲੀਡਰ ਆਉਂਦਾ ਕੋਈ, ਜਿਹੜਾ ਹੁਣ ਆਪਾਂ ਮੰਨ ਲਓ ਕਿ ਨਵਾਂ ਚੁਣਦੇ ਜਾਂ ਕੋਈ ਵੀ ਆਉਂਦਾ, ਠੀਕ ਹੈ, ਉਹ ਆਵੇ ਤਾਂ ਆਣ ਕੇ ਕੁਛ ਕਰਾਵੇ ਤਾਂ ਫੇਰ ਹੀ ਆਈ, ਤੇ ਜੇ ਐਵੇਂ ਝੂਠੀਆਂ ਤਸੱਲੀਆਂ ਦੇ ਕੇ ਚਲੇ ਜਾਣਾ ਤਾਂ ਫੇਰ ਤਾਂ ਅੱਗੇ ਵਾਲਾ ਹਾਲ ਹੀ ਰਹੂਗਾ। ਸਦੀਕ ਸਾਹਿਬ ਨੇ ਕੀਤਾ ਕੰਮ? ਸਦੀਕ ਹੋਣਾ ਨੇ ਤਾਂ ਡੱਕਾ ਨਹੀਂ ਕੀਤਾ ਜੀ, ਕੋਈ ਫਾਇਦਾ ਨਹੀਂ ਸਦੀਕ ਹੋਣਾ ਦਾ। ਹੁਣ ਫੇਰ ਕਲਾਕਾਰ ਦੋ ਲਿਆਂਦੇ ਜੇ
ਜੋ ਜਾਂ ਕੁਛ ਅੱਗੇ ਕਲਾਕਾਰ ਕਰਕੇ ਉਹ ਜਾਂ ਕੁਛ ਇਹ ਕਲਾਕਾਰ ਕਰ ਜੂਗਾ ਜੀ। ਰੁਜ਼ਗਾਰ ਕਿੰਨਾ ਕੁ ਮਜ਼ਾ ਹੋਇਆ ਜੀ ਪਿੰਡਾਂ ਦੀ ਗੱਲ ਕਿਤੇ? ਕੁਛ ਨਹੀਂ ਹੋਇਆ ਜੀ, ਬਿਲਕੁਲ ਨਾ ਪੰਚਾਇਤ ਕਰਦੀ ਹੈ ਨਾ ਸਰਕਾਰ ਕਰਦੀ ਹੈ, ਕਿਸੇ ਦੀ ਦੇਖਭਾਲ ਹੀ ਹੈ ਨੀਗੀ। ਕਿਹੋ ਜਿਹਾ ਉਮੀਦਵਾਰ ਚੋਣੇ, ਕਿਹੋ ਜਿਹਾ ਹੋਣਾ? ਬਸ ਕੰਮ ਪੂਰਾ ਕਰੇ ਜੀ, ਪਬਲਿਕ ਤਾਂ ਇਹੀ ਭਾਲਦੀ ਹੈ, ਉਮੀਦ ਤਾਂ ਇਹੀ ਲੈ ਕੇ ਵੋਟਾਂ ਪਾਈ ਦੀਆਂ ਵੀ ਕੰਮ ਸਾਡੇ ਹੋਣੇ ਚਾਹੀਦੇ ਆ, ਕੰਮ ਸਾਡਾ ਕੋਈ ਨਹੀਂ ਹੁੰਦਾ ਗਾ। ਸਾਨੂੰ ਨਸ਼ਿਆਂ ਵਾਲੇ ਬਹੁਤ ਤੰਗ ਕਰਦੇ ਆ, ਮਾਲ ਇੰਨਾ ਹੱਦੋ ਜ਼ਿਆਦਾ ਮਾਲ ਲੈਂਦਾ, ਬਾਘਾ ਪੁਰਾਣਾ ਬਾਈਪਾਸ ਨਹੀਂ ਲੰਘ ਸਕਦੀ ਗੱਡੀ, ਮਾਲ ਚੋਰੀ ਹੋ ਜਾਂਦਾ। ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਨਸ਼ਾ ਬਹੁਤ ਖਤਮ ਹੋ ਗਿਆ। ਨਸ਼ਾ ਕਿੱਥੇ ਖਤਮ ਹੋਇਆ ਜੀ, ਨਸ਼ਾ ਤਾਂ ਅਗਲੀ ਸਰਕਾਰ ਨੂੰ ਵੀ ਵੱਧ ਗਿਆ, ਸਰਕਾਰ ਅਗਲੀ ਨੂੰ ਵੀ ਵੱਧ ਗਿਆ। ਇਹ ਕਹਿੰਦੇ ਸੀ ਅਸੀਂ 10 ਦਿਨਾਂ 15 ਦਿਨਾਂ 'ਚ ਬੰਦ ਕਰਾਂਗੇ, ਉਦੋਂ ਵੀ ਵੱਧ ਗਿਆ। ਸਾਡੇ ਖੁਦ ਰੌਲੀ ਪਿੰਡ ਦੇ ਵਿੱਚ 5-6 ਮੌਤਾਂ ਹੋ ਗਈਆਂ, 5-6 ਮੌਤਾਂ ਸਾਡੇ ਖੁਦ ਰੌਲੀ ਪਿੰਡ 'ਚ ਹੋਈਆਂ, ਨਸ਼ੇ ਨਾਲ ਸਰੀਂਜਾਂ ਵਿੱਚ ਰੱਖੀਆਂ ਉਹਨਾਂ ਦੇ ਰਹਿ ਗਈਆਂ, ਸਵੇਰ ਨੂੰ ਪਤਾ ਲੱਗਦਾ ਮੌਤ ਹੋਈ ਪਈ ਆ। ਪਾਲਦਾ ਪੋਛਦਾ ਆਸ ਰੱਖਦਾ ਵੀ ਵੱਡਾ ਹੋ ਕੇ ਕੰਮ ਕਰੂਗਾ, ਨਸ਼ੇ ਤੋਂ ਇਲਾਵਾ ਇਸ ਆਪਣੇ ਮੁਲਕ ਵਿੱਚ ਕੰਮ ਹੀ ਹੈ ਨੀਗਾ, ਨਸ਼ਾ ਮੇਨ ਆ। ਇਹ ਸਨ ਹਲਕੇ ਦੇ ਲੋਕ, ਤੁਸੀਂ ਜ਼ਬਾਨੀ ਸੁਣਿਆ ਆਵਾਮ ਕੀ ਕਹਿ ਰਿਹਾ। ਲਗਾਤਾਰ ਜਿਹੜਾ ਨਸ਼ਾ ਉਹ ਵੱਧਦਾ ਜਾ ਰਿਹਾ ਹੈ, ਘੱਟ ਹੋਣ ਦੀ ਬਜਾਏ ਆਏ ਦਿਨ ਨਸ਼ਾ ਵੱਧ ਰਿਹਾ। ਬੇਰੁਜ਼ਗਾਰ ਨੌਜਵਾਨ ਆ ਉਹ ਨਸ਼ੇ ਵਿੱਚ ਦਿਨੋਂ ਦਿਨ ਵੱਧਦੇ ਜਾ ਰਹੇ ਨੇ, ਸੜਕਾਂ ਟੁੱਟੀਆਂ ਪਈਆਂ ਨੇ। ਹਲਕੇ ਦੇ ਲੋਕਾਂ ਦਾ ਇਹੀ ਕਹਿਣਾ ਕਿ ਅਸੀਂ ਵੋਟਾਂ ਪਹਿਲਾਂ ਵੀ ਪਾਉਂਦੇ ਸੀ, ਇਸ ਵਾਰ ਵੀ ਵੋਟਾਂ ਪਾਵਾਂਗੇ, ਪਰ ਜਿਹੜਾ ਵੀ ਉਮੀਦਵਾਰ ਜਿੱਤ ਕੇ ਜਾਵੇ ਉਹ ਸਾਡੀਆਂ ਸਮੱਸਿਆਵਾਂ ਦਾ ਹੱਲ ਕਰੇ। ਸੜਕਾਂ ਟੁੱਟੀਆਂ ਨੇ, ਨੌਜਵਾਨ ਬੇਰੁਜ਼ਗਾਰ ਨੇ, ਨਸ਼ਾ ਲੋੜ ਤੋਂ ਵੱਧ ਆ, ਆਏ ਦਿਨ ਨੌਜਵਾਨ ਮਾਰ ਰਹੇ ਨੇ। ਇਹਨਾਂ ਚੀਜ਼ਾਂ ਤੋਂ ਸਾਨੂੰ ਜਿਹੜੀ ਨਿਰਜਾਤ ਆ ਮਿਲਣੀ ਚਾਹੀਦੀ ਆ। ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਜੋ ਉਮੀਦਵਾਰ ਇੱਥੋਂ ਜਿੱਤ ਕੇ ਜਾਂਦਾ ਉਹ ਇਹਨਾਂ ਸਮੱਸਿਆਵਾਂ ਤੋਂ ਹਲਕੇ ਦੇ ਲੋਕਾਂ ਨੂੰ ਨਿਰਜਾਤ ਦਿਵਾਉਂਦਾ ਹੈ, ਜਾਂ ਫਿਰ ਇਸੇ ਤਰ੍ਹਾਂ ਹੀ ਜਿਹੜੇ ਇਹ ਨੌਜਵਾਨ ਆ ਨਸ਼ੇ 'ਚ ਵੱਧਦੇ ਜਾਣਗੇ, ਲੁੱਟਾਂ ਖੋਹਾਂ ਹੁੰਦੀਆਂ ਰਹਿਣਗੀਆਂ, ਇਹ ਆਉਣ ਵਾਲਾ ਸਮਾਂ ਦੱਸੇਗਾ। ਹੁਣ ਅਸੀਂ ਪਹੁੰਚੇ ਹਾਂ ਲੋਕ ਸਭਾ ਹਲਕਾ ਫਰੀਦਕੋਟ ਦੇ ਕਸਬਾ ਬੱਦਣੀ ਕਲਾਂ ਦੇ ਵਿੱਚ। ਸਾਡੇ ਨਾਲ ਮਜ਼ਦੂਰ ਬੀਬੀਆਂ ਨੇ, ਨਰੇਗਾ ਦਾ ਕੰਮ ਕਰਨ ਵਾਲੀਆਂ, ਜਿਹੜੀਆਂ ਕਿ ਡਰੇਨ ਦੇ ਉੱਪਰ ਕੰਮ ਕਰ ਰਹੀਆਂ ਨੇ। PTC ਨਿਊਜ਼ ਦੀ ਟੀਮ ਗਰਾਊਂਡ ਜ਼ੀਰੋ 'ਤੇ ਲੋਕਾਂ ਨੂੰ ਤੁਹਾਡੇ ਰੂਬਰੂ ਕਰੇਗੀ ਕਿ ਪਿਛਲੇ 5 ਸਾਲਾਂ 'ਚ ਵੋਟਾਂ ਪਾ ਕੇ ਉਮੀਦਵਾਰ ਚੁਣ ਕੇ ਭੇਜੇ ਸੀ ਮੁਹੰਮਦ ਸਦੀਕ ਜੀ, ਕਿੰਨੇ ਕੁ ਹਲਕੇ ਦੇ ਵਿੱਚ ਆਏ, ਕਿੰਨੇ ਕੁ ਕੰਮ ਹੋਏ, ਕਿਹੜੀਆਂ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਅੱਜ ਵੀ ਉਹਨਾਂ ਦੀਆਂ ਜਿਉਂਦੀਆਂ ਤਿਉਂ ਨੇ। ਗੱਲਬਾਤ ਕਰਾਂਗੇ। ਭੈਣ ਜੀ, ਲਗਾਤਾਰ ਆਪਾਂ ਵੋਟਾਂ ਪਾਉਣੇ ਹਾਂ, ਪਿਛਲੀ ਵਾਰ ਆਪਾਂ ਮੁਹੰਮਦ ਸਦੀਕ ਨੂੰ ਵੋਟਾਂ ਪਾ ਕੇ ਚੁਣਿਆ ਸੀ, ਕਿੰਨਾ ਕੁ ਉਹਨਾਂ ਨੇ ਪਿੰਡਾਂ 'ਚ ਆਏ ਜਾਂ ਕੋਈ ਵਿਕਾਸ ਹੋਇਆ? ਜੀ ਆਏ ਹਲਕੇ 'ਚ ਸੁਣੀ ਆ? ਨਹੀਂ ਜੀ ਆਏ, ਨਹੀਂ ਜੀ ਮੁਹੰਮਦ ਸਦੀਕ ਨਹੀਂ ਆਏ। ਹੁਣ ਫੇਰ ਵੋਟਾਂ ਆਉਂਦੀਆਂ, ਹੁਣ ਕਿਹੜੇ ਉਮੀਦਵਾਰ ਚੁਣੋਗੇ? ਬਸ ਅਸੀਂ ਤਾਂ ਇਹੀ ਚਾਹੁੰਦੇ ਹਾਂ ਜਿਹਨੂੰ ਅਸੀਂ ਵੋਟ ਪਾਵਾਂਗੇ ਸਾਨੂੰ ਸਾਡਾ ਕੰਮ ਸਵਾਰੇ। ਕੰਮ ਕਰਨ ਆਏ ਆ, ਕਿੰਨੀ ਦੂਰੀ ਤੇ ਜਾਣਾ ਪੈਂਦਾ? ਬਹੁਤ ਦੂਰੀ ਤੇ ਜਾਂਦੇ, 40 ਮੀਟਰ ਕਿਲੋਵਾਟ ਤੇ ਆਉਂਦੇ ਅਸੀਂ। ਸਾਨੂੰ ਪਿੰਡ ਕੰਮ ਮਿਲਣਾ ਚਾਹੀਦਾ ਹੈ। ਮੈਂਬਰ ਸਰਪੰਚ ਵੱਲੋਂ ਵੀ ਇਹੀ ਬੇਨਤੀ ਆ ਤੇ ਸਰਕਾਰ ਵੱਲੋਂ ਵੀ ਇਹੀ ਬੇਨਤੀ ਆ ਵੀ ਅਸੀਂ ਉਹਨੇ ਕਮਾਉਂਦੇ ਨਹੀਂ ਜਿੰਨੇ ਅਸੀਂ ਕਿਰਾਇਆ ਲਾ ਕੇ ਇੱਥੇ ਆਉਂਦੇ ਹਾਂ। ਮਾਤਾ ਜੀ, ਮੰਗਾਂ ਕੀ ਨੇ ਲੋਕਾਂ ਦੀਆਂ, ਆਮ ਲੋਕਾਂ ਦੀਆਂ ਕੀ? ਹਾਂ ਜੀ, ਸਾਨੂੰ ਤਾਂ ਇਹੀ ਆ ਵੀ ਜਿਹੜਾ ਅਸੀਂ ਦੇ ਲਵੀ ਮਾੜਾ ਮੋਟਾ ਸਾਡੇ ਵੀ ਨਹੀਂ, ਗਰੀਬਾਂ ਵੱਲ ਸੋਚਣ, ਉਦੋਂ ਗੁਰਦੁਆਰਿਆਂ ਦੇ ਵਿੱਚ ਇਕੱਠ ਕਰ ਲੈਂਦੇ ਆ, ਤੁਹਾਡੀਆਂ ਆਹ ਮੰਗਾਂ ਪੂਰੀਆਂ ਕਰਾਂਗੇ ਆਹ ਵਾ, ਕੋਈ ਮੰਗ ਸਾਡੀ ਨਹੀਂ ਪੂਰੀ, ਅਸੀਂ ਉਹੀ ਧੱਕੇ ਖਾਂਦੇ ਹਾਂ। ਭਗਵੰਤ ਮਾਨ ਸੀ, ਉਹਨੇ ਨਹੀਂ ਕੁਛ ਸਾਡਾ ਕੀਤਾ, ਉਦੋਂ ਬਹੁਤ ਇਕੱਠ ਵੀ ਹੋਇਆ ਸਾਡੇ ਗੁਰਦੁਆਰੇ, ਅਸੀਂ ਜਾਂਦੇ ਵੀ ਰਹੇ ਹਾਂ ਜਾਂ ਵੀ ਜਿਵੇਂ ਸਾਡੇ ਨਾਲ ਭੈਣ ਭਰਾ ਵਾ, ਪਰ ਕੋਈ ਸਾਡੀ ਮੰਗ ਪੂਰੀ ਨਹੀਂ ਕੀਤੀ। ਨਸ਼ੇ ਤਾਂ ਜੀ ਵਾਧੂ ਆ, ਨਸ਼ਿਆਂ ਨੇ ਤਾਂ ਪੁੱਤ ਮਰੇ ਪਏ ਆ, ਹਾਂ ਬਹੁਤ ਥਾਂ ਥਾਂ ਵੀ ਜਾਣ ਦੀ ਬਹੁਤ ਪਰੇਸ਼ਾਨੀਆਂ ਹੋਈਆਂ, ਇੰਨਾ ਨਸ਼ਾ ਇਹ ਬੰਦ ਕੀਤਾ ਜਾਵੇ। ਮਾਤਾ ਜੀ, ਉਮਰ ਬਹੁਤ ਆ, ਕਈ ਚੱਕ ਕੇ ਖੜੇ ਆ, ਡਰੇਨ ਦੇ ਉੱਤੇ ਕੰਮ ਕਰਨਾ ਆ, 80 ਸਾਲ ਦੀ ਤੁਹਾਡੀ ਉਮਰ ਹੋਊਗੀ ਲਗਭਗ ਜੇ ਦੇਖਿਆ ਜਾਵੇ ਤਾਂ, ਡਰੇਨ ਤੇ ਕਈ ਚੱਕ ਕੇ ਖੜੇ ਆ, ਹਾਲਾਤ ਇਹ ਜੇ ਕਿਉਂ ਬਣ ਗਏ, ਕੀ ਕਾਰਨ ਕੀ ਬਣਿਆ?
ਬਸ ਵੀਰ ਜੀ ਜੋ ਅਗਲੀ ਬਾਰੀ ਫਿਰ ਕਰਨ ਉਹੋ ਹੀ ਆ ਹੈ ਨਾ। ਸਾਨੂੰ ਤਾਂ ਵੀਰ ਜੀ ਮੈਨੂੰ ਤਾਂ ਇਹ ਚਾਹੀਦਾ ਵੇਖ ਮੇਰੇ ਤਾਂ ਘਰ ਦਾ ਮੰਦਾ ਹਾਲ ਆ, ਮੇਰਾ ਤਾਂ 3 ਮਹੀਨੇ ਨਹੀਂ ਹੋ ਗਏ ਮੇਰੇ ਪੁੱਤ ਮੁੱਕੇ ਨੂੰ, ਅਤੇ ਜਵਾਕੜੀਆਂ ਛੋਟੀਆਂ ਛੋਟੀਆਂ ਜਿਹੜੀਆਂ ਵਿਚਾਰੀਆਂ ਯੂਪੀ 'ਚ ਰੁਲਦੀਆਂ ਫਿਰਦੀਆਂ ਦਿਹਾੜੀਆਂ ਕਰਦੀਆਂ ਨਿੱਕੀਆਂ ਨਿੱਕੀਆਂ, ਅਤੇ ਮੁੰਡਾ ਹੈਗਾ ਨਿੱਕਾ ਜਿਹਾ ਮੇਰਾ ਪੁੱਤ ਆ, ਸਾਡੀ ਕਿਸੇ ਨਾ ਪਿੰਡ ਨੇ ਸਹਾਇਤਾ ਕੀਤੀ ਅਤੇ ਨਾ ਸਾਡੀ ਗੌਰਮੈਂਟ ਨੇ। ਮੈਂ ਤਾਂ ਵੋਟਾਂ ਹਰੇਕ ਵਾਰ ਪਾਉਣੇ, ਵੋਟਾਂ ਅਸੀਂ ਬਥੇਰੀਆਂ ਪਾਉਂਦੇ ਹਾਂ, ਉਹ ਤਾਂ ਕਹਿੰਦੇ ਤੁਹਾਡਾ ਆ ਵੀ ਸਵਾਲ, ਸਾਡੇ ਤਾਂ ਕੀ ਪਾਣੀ ਨਹੀਂ ਦੂਜਾ ਉਹਦੇ ਵਿੱਚੋਂ ਮੁਕਾਉਂਦੇ, ਦੂਜੇ ਨਾਲੀਆਂ ਸਾਡੇ ਬਾਰਾਂ ਦੇ ਵਿੱਚ ਆ, ਇਹ ਜਿਹੜਾ ਗੰਦ ਸਾਡੇ ਚੜਿਆ ਪਿਆ, ਸਾਡੇ ਤਾਂ ਕੋਈ ਸਹਾਇਤਾ ਹੀ ਨਹੀਂ ਕਰਦਾ, ਨਾ ਸਾਡਾ ਕੋਈ ਪਿੰਡ ਦਾ ਨਾ ਮੈਂਬਰ ਨਾ ਕੋਈ ਸਰਪੰਚ, ਹਾਂ ਤੇ ਵੋਟਾਂ ਸਾਥੋਂ ਲੈ ਲੈਂਦੇ ਆ। ਪਿਛਲੀ ਵਾਰ ਵਾਅਦਾ ਹੋਇਆ ਹੋਣਾ ਕੀਤਾ ਹੋਣਾ, ਜਿਹੜੇ ਖੜ ਕੇ ਗਏ ਆ ਜਿੱਤ ਕੇ ਗਏ, ਤੁਹਾਡਾ ਆ ਕਰਾਂਗੇ ਆ ਕਰਾਂਗੇ, ਕੋਈ ਨਹੀਂ ਕੁਛ ਵੀ ਕਰਦਾ ਸਾਡਾ ਤਾਂ। ਨਸ਼ਾ ਕਿੰਨਾ ਕੁ ਪਿੰਡ 'ਚ? ਨਸ਼ਾ ਬਥੇਰਾ ਸਾਡੇ ਪਿੰਡ 'ਚ ਵੀਰ ਜੀ, ਸਾਡੀ ਤਾਂ ਕਹਿੰਦੇ ਆ ਸਾਡੇ ਤਾਂ ਬੱਚੇ ਕਰਦੇ ਜਾਂਦੇ ਮਰਦੇ ਜਾਂਦੇ ਤਾਂ ਕਹਿੰਦੇ ਆ ਬੰਦ ਹੋਣਾ ਚਾਹੀਦਾ। ਤੁਸੀਂ ਵੀ ਵੱਡੀ ਉਮਰ 'ਚ ਇੱਥੇ ਆਏ ਕੰਮ ਕਰਨ, ਨੇੜੇ ਕੰਮ ਨਹੀਂ ਮਿਲਦਾ ਇੰਨੀ ਦੂਰ ਆਉਣੇ ਆ? ਵੀਰ ਜੀ ਕਦੋਂ ਸਾਨੂੰ ਕੋਈ ਮਿਲਦਾ ਹੀ ਨਹੀਂ ਕੰਮ ਵੀਰ, ਕਦੋਂ ਬੱਚੇ ਆਪੋ ਆਪਣੀ ਕਬੀਲਦਾਰੀ ਦੇ ਵਿੱਚ ਬੱਚੇ ਨਸ਼ਿਆਂ 'ਚ ਪੈ ਜਾਂਦੇ ਆ, ਅਤੇ ਅਸੀਂ ਮਾਤਾ ਅਸੀਂ ਕੰਮ ਹੀ ਕਰਨਾ ਬੱਚਿਆਂ ਦੇ ਮਾਰੇ ਕਰਦੇ ਆ, ਕਿਹੜੇ ਆਪਾਂ ਨੂੰ ਕਹਿ ਦਿੰਦੇ ਮੁੜ ਕੇ ਆ ਵੋਟਾਂ ਦਿਓ ਜੀ ਸਾਨੂੰ, ਕੋਈ ਵੋਟਾਂ ਦੇ ਕਰਕੇ ਸਾਨੂੰ ਕਹਿ ਦਿੰਦੇ ਵੋਟਾਂ ਦੇ, ਅਸੀਂ ਵੋਟਾਂ ਪਾ ਦਿੰਦੇ, ਸਾਡੇ ਕੋਈ ਕੰਮ ਕੋਈ ਵੀ ਨਹੀਂ ਕਰਦਾ ਸਾਡਾ। 1-1 ਹਜ਼ਾਰ ਦੀ ਗੱਲ ਵੀ ਕੀਤੀ ਸੀ ਆਮ ਆਦਮੀ ਪਾਰਟੀ? ਹਾਂਜੀ ਕੀਤੀ ਸੀ ਜੀ, ਉਹ ਕਿਸੇ ਵੀ ਨਹੀਂ, ਭਗਵੰਤ ਮਾਨ ਕਹਿੰਦਾ ਸੀ ਇਕੱਲੀ ਇਕੱਲੀ ਬੁੜੀ ਨੂੰ ਮੈਂ 1,000-1,000 ਪਾਊਂਗਾ, ਉਹ ਵੀ ਨਹੀਂ ਕਿਸੇ ਨੇ ਪਾਈ ਸਾਨੂੰ, ਵੀ ਉਹ ਵੀ ਨਹੀਂ ਪਾਈ ਸਾਨੂੰ, ਉਹ ਵੀ ਅਸੀਂ ਡੀ ਕਿਸੇ ਤੋਂ ਅਸੀਂ ਸਰਕਾਰ ਤੋਂ ਕੋਈ ਪੈਸਾ ਨਹੀਂ ਲਿਆ, ਕਦੋਂ ਵੋਟਾਂ ਪਾਉਂਦੇ ਹਾਂ ਅਸੀਂ ਸਿੱਧੀਆਂ ਵੋਟਾਂ ਪਾਉਂਦੀਆਂ, ਫਿਰ ਸਾਡਾ ਕੋਈ ਕੰਮ ਤਾਂ ਸਮਾਰੇ, ਆਹ ਸਾਨੂੰ ਕੀ ਲੋੜ ਇੱਥੇ ਫਿਰਨ ਦੀ ਸੀਮਾ ਦੇ ਵਿੱਚ, ਜੇ ਸਾਡੀਆਂ ਸਹੂਲਤਾਂ ਮਿਲਣ ਸਾਨੂੰ। ਅਸੀਂ ਤਾਂ ਭਾਈ ਜੀ ਇਹੀ ਕਹਿੰਦੇ ਹਾਂ ਬਈ ਜਿੰਨੇ ਸਾਡੇ ਸਾਰੀਆਂ ਬੁੜੀਆਂ ਨੇ ਸਾਡੇ ਘਰਾਂ ਦੀਆਂ ਨੇ ਰਹਿ ਕੀਤੀ ਹੋਈ ਆ, ਵੀ ਜਦੋਂ ਕੋਈ ਵੋਟਾਂ ਨੂੰ ਆਇਆ ਅਸੀਂ ਵੋਟਾਂ ਨਹੀਂ ਪਾਉਣੀਆਂ, ਬਈ ਉਦੋਂ ਕਿਵੇਂ ਕਹਿ ਦਿੰਦੇ ਆ, ਮੁੜ ਕੇ ਕੋਈ ਨਹੀਂ ਬਾਤ ਪੁੱਛਦਾ ਗਾ। ਨਹੀਂ ਹੁਣ ਭਗਵੰਤ ਮਾਨ ਜੀ ਫੇਰ ਆਉਣਗੇ, ਵੋਟਾਂ ਉਮੀਦਵਾਰ ਫੇਰ ਖੜਾਤਾ ਉਹਨਾਂ ਨੇ, ਫੇਰ ਪਾਉਂਗੇ ਵੋਟਾਂ ਉਹਨਾਂ ਨੂੰ? ਵੋਟਾਂ ਜੀ ਫੇਰ ਅਸੀਂ ਜਦੋਂ ਸਾਡੀ ਸ਼ੁਰਤੀ ਨਹੀਂ ਪੂਰੀ ਹੋਈ ਅਸੀਂ ਵੋਟ ਕੀ ਪਾਉਂਗੇ? ਨਸ਼ਾ ਹੀ ਨਹੀਂ ਬੰਦ ਕਰਦੇ ਵੀਰ ਜੀ, ਸਾਡੇ ਬੱਚੇ ਦਾਰੂਆਂ ਪੀ ਲੈਂਦੇ ਨਸ਼ਾ ਖੱਬੀ, ਸਾਰਾ ਨਸ਼ਾ ਬੰਦ ਹੋਣਾ ਚਾਹੀਦਾ, ਮੁੜ ਕੇ ਉਹ ਆਪਦੇ ਟੱਬਰਾਂ ਨੂੰ ਕੁੱਟਦੇ ਆ, ਜੇ ਨਹੀਂ ਨਸ਼ਾ ਮਿਲਦਾ ਤਾਂ ਜਵਾਕ ਤੇ ਬਗਾਨੀਆਂ ਧੀਆਂ 'ਚ ਕੀ ਕਸੂਰ ਹੈ? ਹਾਲਾਤ ਕਾਫੀ ਮਾੜੇ ਨੇ ਪਿੰਡ, ਬਹੁਤ ਮਾੜੇ ਆ ਜੀ, ਬਹੁਤ ਮਾੜੇ ਆ ਜੀ, ਬਹੁਤ ਮਾੜੇ ਆ। ਹਾਂਜੀ 12-12 ਪੜੇ ਬੱਚੇ ਨਸ਼ੇ ਖਾਈ ਜਾਂਦੇ ਆ ਜੀ, ਕੱਲੇ ਕੱਲੇ ਪੁੱਤ ਮਾਵਾਂ ਦੇ ਮੁੱਕੇ ਹੋਇਆ ਕੱਲੇ ਕੱਲੇ। ਤੁਸੀਂ ਵੀ ਕਾਫੀ ਉਮਰ 'ਚ ਕੰਮ ਕਰਦੇ ਫਿਰਦੇ ਆ, ਪਿੰਡਾਂ 'ਚ ਕਿਸ ਤਰ੍ਹਾਂ ਦੇ ਹਾਲਾਤ ਆ? ਕੀ ਬਾਈ ਸਾਡਾ ਤਾਂ ਮੁੰਡਾ ਮਾੜਾ ਕੁੱਟਦਾ, ਮਾਰਦਾ, ਸਮਾਨ ਭੰਨ ਦਿੰਦਾ, ਨਸ਼ਾ ਬੰਦ ਹੋਣਾ ਚਾਹੀਦਾ, ਬਹੁਤ ਨਸ਼ਾ ਬਹੁਤ ਕਰਦਾ ਗਾ, ਜਿੱਥੇ ਘਰੇ ਹੁੰਦਾ ਉੱਥੇ ਸਾਨੂੰ ਪੈਸੇ ਮੰਗਦਾ। ਹੁਣ ਤੁਸੀਂ ਕਮਾਈ ਕਰਕੇ ਫਿਰ ਲੈ ਜਾਂਦੇ ਕੱਢ ਕੇ? ਹਾਂ ਮੰਗਦਾ, ਫਿਰ ਸਮਾਨ ਭਾਂਦਾ, ਕਹਿ ਦਿੰਦਾ ਦਿਓ ਮੰਜੇ ਭਾਂਦਾ ਭਾਂਡੇ ਭਾਂਦਾ, ਮਾਂ ਪਿਓ ਤਾਂ ਔਖੇ ਬਹੁਤ। ਹਾਂ ਪੈਸੇ ਕਹਿ ਦਿੰਦਾ ਦੇ ਫਿਰ ਜਾਓ ਕਰੋ, ਨਸ਼ਾ ਬੰਦ ਹੋਣਾ ਚਾਹੀਦਾ। ਮਾਤਾ ਇੱਕ ਵਿਰਦ ਵਾਸਤੇ ਕਿੱਥੇ ਤਾਂ ਘਰੇ ਬਹਿਣ ਦਾ ਟਾਈਮ ਸੀ, ਕਿੱਥੇ ਤੁਸੀਂ ਡਰੇਨਾਂ ਤੇ ਧੱਕੇ ਖਾਣੇ ਆ ਅਸੀਂ, ਹੁਣ ਉਹਦੇ ਮਾਰੇ ਧੱਕੇ ਖਾਣੇ ਆਗੇ, ਇਕੱਲਾ ਹੈਗਾ ਗਾ 200 ਮੰਗਦਾ, ਹਾਂ ਹੁਣ ਕਿੱਥੋਂ ਦਈਏ ਦੱਸ, ਇਕੱਲੇ ਇਕੱਲੇ ਜਵਾਕ ਆ ਨਸ਼ਾ, ਹਾਂ ਇਕੱਲਾ ਹੀ ਹੈਗਾ, ਉਹੀ ਬਰਬਾਦ ਹੋ ਗਿਆ ਨਸ਼ੇ ਨਾ। ਮਾਤਾ ਸਰਕਾਰ ਨੇ ਕਿਹਾ ਸੀ ਵੋਟਾਂ ਤੋਂ ਪਹਿਲਾਂ ਵੀ ਜਿਹੜਾ ਨਸ਼ਾ ਬਿਲਕੁਲ ਖਤਮ ਕਰ ਦਿਆਂਗੇ, ਕੁਛ ਨਹੀਂ ਹੋਇਆ, ਕੁਛ ਨਹੀਂ ਹੋਇਆ, ਨਸ਼ਾ ਬਰਬਾਦ ਹੋਣਾ, ਕਿ ਧੱਕੇ ਪਏ, ਕੋਈ ਵੋਟ ਨਹੀਂ ਪਾਉਣੀ ਸੀ, ਜਿਹੜੀ ਸਾਡੀ ਕੋਈ ਮੰਗ ਪੂਰੀ ਨਹੀਂ ਹੋਈ ਉਹੀ ਨਸ਼ਾ ਚੱਲੀ ਜਾਂਦਾ ਗਾ, ਕੋਈ ਕਰਮ ਕੀਤੀ 'ਚ ਕੋਈ ਪੂਰੀ ਨਹੀਂ ਹੋਈ ਸਾਡੀ, ਸਾਡੀ ਤਾਂ ਉਹੀ ਹੋ ਜਾਂਦੀ ਬਰਬਾਦ ਆ ਗਈ। ਬੀਬੀ ਵੱਖ ਵੱਖ ਪਿੰਡਾਂ 'ਚ ਅਸੀਂ ਹੋਰ ਵੀ ਗਏ ਹਾਂ, ਪਿੰਡਾਂ 'ਚ ਮਾਵਾਂ ਇਸੇ ਤੁਹਾਡੇ ਵਾਂਗ ਵੀ ਰੋਂਦੀਆਂ, ਉਹ ਕਹਿੰਦੇ ਸਾਨੂੰ ਕੁਛ ਨਹੀਂ ਚਾਹੀਦਾ, ਬਈ ਸਾਡੇ ਤਾਂ ਜਿਹੜਾ ਚਿੱਟਾ ਉਹ ਬੰਦ ਹੋ ਜਾਏ, ਸਾਨੂੰ ਕੁਛ ਉਹੀ ਬੰਦ ਹੋ ਜਾਏ, ਨਹੀਂ ਤਾਂ 1,000 ਉਹਨੂੰ ਕਿੱਥੋਂ ਦਈਏ ਅਸੀਂ।
ਜਿਹੜੇ ਆਪਦੇ ਘੁਮਾਉਂਦਾ ਉਹ ਵੀ ਖਾ ਲੈਂਦਾ, ਜਿਹੜੇ ਸਾਡੇ ਹੁੰਦੇ ਆ ਉਹ ਵੀ ਨਹੀਂ ਛੱਡਦਾ। ਦੱਸ ਸੁਬਹ ਸ਼ਾਮ ਟੀਕੇ ਲਾਉਂਦਾ, ਆਪ ਹੀ ਲਾ ਲੈਂਦਾ, ਆਪ ਹੀ ਲਾ ਲੈਂਦਾ, ਘਰੇ ਹੀ ਲਾ ਲੈਂਦਾ, ਕਿਤੇ ਕਿਤੇ ਬਾਹਰ ਲਾ ਲੈਂਦਾ। ਰੋਟੀ ਦਾਲ ਪਾਣੀ ਵੀ ਡੋਲ ਦਿੰਦਾ ਮੇਰਾ, ਹਾਂ ਆਖੂ ਜੇ ਪੈਸੇ ਦੇਵੇਗੀ ਤਾਂ ਜਾਊਂਗਾ, ਨਹੀਂ ਮੈਂ ਤੇਰਾ ਖਾਣ ਨੀ ਦੇਣਾ। ਹੋਰਾਂ ਦੀ ਜ਼ਿੰਦਗੀ ਬਚੇ, ਜੇ ਸਾਡੇ ਦੀ ਬਚੂ ਤਾਂ ਹੋਰਾਂ ਦੀ ਵੀ ਬਚੂਗੀ। ਹੋਰ ਵੀ ਬਜ਼ੁਰਗ ਨੇ, ਉਹਨਾਂ ਨਾਲ ਵੀ ਗੱਲ ਕਰਦੇ ਆ। ਬਾਪੂ ਜੀ ਹਾਲਾਤ ਕਿਸ ਤਰ੍ਹਾਂ ਦੇ, ਤੁਸੀਂ ਵੀ ਵੱਡੀ ਉਮਰ 'ਚ ਆ ਸਮਾਂ ਮੁੰਡਿਆਂ ਦਾ ਕੰਮ ਕਾਰ ਦਾ ਹੁੰਦਾ ਅਤੇ ਤੁਸੀਂ ਖੁਦ ਜਾਂਦੇ ਆ ਲੇਬਰ ਕਰਦੇ ਆ, ਹਾਲਾਤ ਕਿਸ ਤਰ੍ਹਾਂ ਦੇ ਪਿੰਡ 'ਚ, ਲੋਕ ਚਾਹੁੰਦੇ ਕੀ ਆ, ਕਿਸ ਤਰ੍ਹਾਂ ਦੇ? ਹਾਲਾਤ ਬਹੁਤ ਜ਼ਿਆਦਾ ਖਰਾਬ ਆ, ਬਹੁਤ ਜ਼ਿਆਦਾ ਹਾਲਾਤ ਖਰਾਬ ਆ। ਕੋਈ ਬੰਦਾ ਵੀ ਨਸ਼ੇ ਤੋਂ ਬਦਲ ਨਹੀਂ ਬਚਦਾ, ਟੀਕੇ ਆਪਦੇ ਆਪ ਹੀ ਲਾਈ ਜਾਂਦੇ ਆ। ਅਸੀਂ ਹੁਣ ਨਿਰੇਗਾ ਦੇ ਮਾਰੇ ਇੱਥੇ ਕੰਮ ਨਿਕਲਿਆ ਤਾਂ ਆਏ ਹਾਂ, 60 ਰੁਪਏ ਦਿਹਾੜੀ ਲੱਗ ਜਾਂਦੇ ਕਿਰਾਏ ਦੇ। ਫਿਰ ਬਾਕੀ ਇਹ ਗੱਲ ਆ ਵੀ ਸਾਨੂੰ ਨਾ ਤਾਂ ਕਿਰਾਇਆ ਹੀ ਮਿਲਣਾ, ਸਾਡੇ ਪੱਲੇ ਵੀ ਕੀ ਪੈਣਾ, ਤੇ ਦਿਨ ਬਾਅਦ ਜਾਣ ਫਿਰ ਵੀ ਕੋਈ ਫਾਇਦਾ ਹੋਵੇ। ਕਣਕ ਆ ਉਹ ਵੀ 5 ਕਿਲੋ ਦੇ ਹਿਸਾਬ ਨਾਲ ਮਿਲਦੀ, 15 ਕਿਲੋ ਜੀ ਨੂੰ ਮਿਲਦੀ। ਬਾਪੂ ਇਹਨੇ ਸਰਕਾਰ 'ਚ ਕਿਹਾ ਸੀ, ਮੁੱਖ ਮੰਤਰੀ ਸਾਹਿਬ ਨੇ ਕਿ ਸਹੂਲਤਾਂ ਆਮ ਲੋਕਾਂ ਨੂੰ ਵਾਧੂ ਸਹੂਲਤਾਂ ਮਿਲਣਗੀਆਂ, ਆਮ ਘਰਾਂ ਦਾ ਮੁੰਡਾ ਨਸ਼ੇ ਨੂੰ ਖਤਮ ਕਰ ਦਿਆਂਗੇ। ਸਰਕਾਰ ਤਾਂ ਕਹਿ ਰਹੀ ਨਸ਼ਾ ਖਤਮ ਹੋ ਗਿਆ, ਪੁਲਿਸ ਕਹਿ ਰਹੀ ਆ ਖਤਮ ਹੋ ਗਿਆ, ਨਸ਼ਾ ਨਹੀਂ ਖਤਮ ਹੋਇਆ ਨਾ, ਸਰਕਾਰ ਨੇ ਕੋਈ ਗੱਲ ਹੀ ਕੀਤੀ, ਵਾਅਦਾ ਕਰਕੇ ਗਈ, ਕੋਈ ਵਾਅਦਾ ਨਹੀਂ ਕੀਤਾ। ਸਭ ਉਵੇਂ ਸਾਹਿਬ ਬੈਠੇ, ਮਕਾਨ ਕਿਸੇ ਦਾ ਅੱਜ ਚੱਕਰ ਕਿਸੇ ਦਾ ਮਕਾਨ ਨਹੀਂ ਪਿਆ, ਕਿਸੇ ਦਾ ਬਾਥਰੂਮ ਨਹੀਂ ਬਣਾ ਕੇ ਦਿੱਤਾ, ਕੋਈ ਫਾਇਦਾ ਨਹੀਂ ਹੋਇਆ ਪਿੰਡਾਂ ਦੇ ਵਿੱਚ ਜਦੋਂ ਦਾ ਬੈਠਾ ਹੈ। ਹੁਣ ਵੋਟਾਂ ਫੇਰ ਆਉਂਦੀਆਂ, ਭਗਵੰਤ ਮਾਨ ਦੇ ਉਮੀਦਵਾਰ ਵੀ ਆ ਰਹੇ, ਸਵਾਲ ਜਵਾਬ ਕਰੋਗੇ? ਜਵਾਬ ਸਵਾਲ ਤਾਂ ਕਰਾਂਗੇ ਅਸੀਂ ਜਦੋਂ ਕੋਈ ਆਊਗਾ ਸਾਡੇ ਕੋਲ। ਲੋਕ ਪਿੰਡਾਂ ਦੇ ਕਹਿੰਦੇ ਸਾਨੂੰ ਹੋਰ ਕੁਛ ਨਹੀਂ ਚਾਹੀਦਾ, ਇਕੱਲਾ ਨਸ਼ਾ ਬੰਦ ਕਰ। ਆਹੋ ਜੀ ਨਸ਼ਾ ਬੰਦ ਕਰ ਦੇਣ ਤਾਂ ਆਪੇ ਰੋਟੀ ਕਮਾ ਕੇ ਖਾਣ ਲੱਗ ਜਾਣ, ਹੁਣ ਅੱਗੇ ਕਮਾਉਂਦੇ ਹੀ ਵਧੀਆ ਰੋਟੀ ਖਾਂਦੇ, ਅਤੇ ਹੁਣ ਉਹਨਾਂ ਦਾ ਪੂਰਾ ਕਿੱਥੋਂ ਕਰ ਦੂ ਬੰਦਾ, ਆਪਦਾ ਪੂਰਾ ਕਰੂ ਉਹਨਾਂ ਦਾ ਕਰੂ। ਤੁਸੀਂ ਆਵਾਮ ਦੇ ਮੂੰਹੋਂ ਸੁਣਿਆ, ਹੋਰ ਵੀ ਬਜ਼ੁਰਗ ਨੇ, ਬਾਪੂ ਜੀ ਤੁਸੀਂ ਵੀ ਵੱਡੀ ਉਮਰ 'ਚ ਬੈਠੇ ਆ, ਕੰਮ ਕਰਨ ਆਏ ਆ, ਹਾਲਾਤ ਬਜ਼ੁਰਗਾਂ ਦੇ ਦੇਖੇ, ਮਾਵਾਂ ਜਿਹੜੀਆਂ ਰੋਂਦੀਆਂ ਨੇ, ਅੱਥਰੂ ਡਿੱਗਦੇ ਨੇ ਅੱਖਾਂ 'ਚੋਂ, ਕਿ ਜਿਹੜੇ ਜਵਾਕ ਆ ਚਿੱਟੇ 'ਤੇ ਲੱਗ ਗਏ ਆ, ਤੁਸੀਂ ਵੀ ਆਏ ਆ ਕੰਮ ਕਰਨ, ਬੱਚੇ ਨਹੀਂ ਕੰਮ ਕਰਦੇ, ਕੀ ਗੱਲ? ਬੱਚਾ ਹੈ ਜੀ ਆਪਣੇ ਕੋਲ। ਅੱਛਾ ਜੀ, ਹਾਂ। ਤੇ ਬਾਕੀ ਜਿਹੜੇ ਨੇ ਵਾਅਦਾ ਕੀਤੇ ਸੀ 2500 ਬੁਢਾਪਾ ਪੈਨਸ਼ਨ ਦਊਂਗਾ, ਹਾਂਜੀ, ਉਹ ਨਹੀਂ ਹਜੇ ਤੱਕ ਨਹੀਂ ਦਿੱਤੀ ਭਗਵੰਤ ਮਾਨ ਨੇ। ਅੱਛਾ ਜੀ, ਹੋਰ ਸਹੂਲਤਾਂ ਕਿੰਨੀਆਂ ਕੁ ਜਿਹੜੀ ਸਰਕਾਰ ਵੱਲੋਂ ਆਮ ਲੋਕਾਂ ਨੂੰ ਮਿਲ ਰਹੀਆਂ? ਮਕਾਨ ਵੀ ਨੇ ਕਿਹਾ ਸੀਗਾ, ਜਗ੍ਹਾ ਵੀ ਲੈ ਕੇ ਦੇਵਾਂਗੇ, ਕੋਈ ਜਗ੍ਹਾ ਨਹੀਂ ਲੈ ਕੇ ਦਿੱਤੀ, ਚਿੱਟਾ ਕਿਹਾ ਸੀ ਹਟਾ ਦਊਂਗਾ, ਉਹ ਨਹੀਂ ਹਟਿਆ, ਪਿੰਡਾਂ ਦੇ ਵਿੱਚ ਐਂ ਮੰਡੀਰ ਫਿਰਦੀ ਆ, ਜੇ ਕੋਈ 10 ਦਿਨ ਦਾ ਵਿਆਹ ਚਿੱਟਾ ਵੇਚਦਾ ਉਹ ਮੰਡੀਰ ਉਹਨਾਂ ਨੂੰ ਕੁੱਟਣ ਲੱਗ ਜਾਂਦੀ ਹੈ ਇਕੱਠੇ ਹੋ ਕੇ। ਪੁਲਿਸ ਨਹੀਂ ਆਉਂਦੀ ਬਾਪੂ ਪਿੰਡਾਂ 'ਚ? ਪੁਲਿਸ ਬਸ ਆਉਂਦੀ ਆ, ਕੋਲੋਂ ਕੁੱਟ ਕੇ ਉੱਠ ਜਾਂਦੇ ਆ, ਉਦੋਂ ਗਿੜਾ ਦੇ ਕੇ ਉਹ ਮੁੜ ਜਾਂਦੇ ਆ। ਰੁਕਿਆ ਨਹੀਂ ਗਾ ਚਿੱਟਾ, ਕਹਿੰਦੇ ਸਰਕਾਰ ਨਹੀਂ ਰੁਕਿਆ। ਬੀਬੀ ਜੀ ਇਸ ਵਾਰ ਫਿਰ ਵੋਟਾਂ ਆ ਗਈਆਂ, ਉਮੀਦਵਾਰ ਫਿਰ ਵੋਟਾਂ ਵਾਸਤੇ ਖੜੇ ਆ, ਤੁਹਾਡੇ ਕੋਲ ਆਉਣਗੇ, ਕਿਹੜੀਆਂ ਮੰਗਾਂ ਸੀ ਜਿਹੜੀਆਂ ਤੁਹਾਡੀਆਂ ਪਿਛਲੇ 5 ਸਾਲਾਂ 'ਚ ਵਾਅਦੇ ਕੀਤੇ ਸੀ ਪਰ ਪੂਰੇ ਨਹੀਂ ਹੋਏ? ਨਹੀਂ ਹੋਏ ਜੀ, ਪੰਜ ਸਾਲਾਂ ਦੇ ਬਾਅਦ ਹਰ ਵਾਰੀ ਵੋਟਾਂ ਆਉਂਦੀਆਂ, ਸਾਡੇ ਕੋਈ ਵਾਅਦੇ ਪੂਰੇ ਨਹੀਂ ਕੀਤੇ ਸੀ, ਨਾ ਜਦੋਂ ਅਸੀਂ ਮੰਗ ਮੰਗਦੇ ਹਾਂ ਉਦੋਂ ਹੀ ਮੁੱਕਰ ਜਾਂਦੇ ਆ ਜੀ, ਫਿਰ ਬਦਲ ਜਾਂਦੇ ਆ, ਮੁੜ ਕੇ ਕੋਈ ਕੁਛ ਗੱਲ ਨਹੀਂ ਕਰਦੇ ਜੀ। ਹਾਂਜੀ, ਅਤੇ ਅਸੀਂ ਤਾਂ ਹੁਣ ਬਹੁਤ ਤੰਗ ਹਾਂ ਜੀ, ਬੱਚਿਆਂ ਵੱਲੋਂ ਬੱਚੇ ਨਸ਼ੇ ਪੱਤੇ ਕਰਦੇ ਆ, ਅਸੀਂ ਬਾਹਰ ਅੰਦਰ ਨਹੀਂ ਜਾ ਸਕਦੇ ਜੀ,
ਤੇ ਹੁਣ ਸਾਨੂੰ ਬਹੁਤ ਖਿਆਈ ਆ ਰਹੀ ਹੈ ਬੱਚਿਆਂ ਦੀ, ਬੱਚੇ ਨਸ਼ੇ ਪੱਤੇ ਵਿੱਚ ਲੋਰ ਰਹਿੰਦੇ ਆ, ਨਾ ਕੋਈ ਕੰਮ ਆਉਣਾ ਧੰਦਾ, ਨਾ ਮੰਡੀਆਂ ਦੇ ਵਿੱਚ ਹੁਣ ਕਿੰਨਾ ਕੰਮ ਚੱਲਦਾ, ਜਵਾਕ ਘਰੇ ਪਏ ਰਹਿੰਦੇ ਨਸ਼ੇ ਤੇ ਰੱਜ ਕੇ ਸਾਡੇ ਪਤਾ ਲੱਗਿਆ ਕਿ ਜਵਾਕਾਂ ਦੇ ਟੀਕੇ ਲਾ ਲਾ ਕੇ ਜਿਹੜੇ ਖਰਾਬ ਕੀਤੀਆਂ ਪਈਆਂ, ਹਾਂ ਲੱਤਾਂ ਬਾਹਾਂ ਤਾਂ ਸੁੱਜੀਆਂ ਪਈਆਂ ਜਵਾਕਾਂ ਦੀਆਂ, ਤੇ ਹੋਰ ਬਹੁਤ ਬੁਰਾ ਹਾਲ ਆ ਸਾਡਾ, ਕੋਠੇ ਤਾਂ ਡਿੱਗੇ ਪਏ ਆ, ਕੱਚੇ ਕੋਠੇ ਘਰ ਸਾਡੇ, ਲੋਕਾਂ ਕਈਆਂ ਨੇ ਨਾ ਹੁਣ ਦੇ ਦਿੰਦੇ ਬਾਲਿਆਂ ਦੇ ਉੱਤੇ ਪੈਸੇ, ਬਾਲੇ ਬਈ ਅਸੀਂ ਪਾਏ ਹੋਏ ਆ ਤੇ ਸਾਡੇ ਥੱਲੇ ਦੋਨੇ ਡਿੱਗੇ ਪਏ ਵਾ ਮਕਾਨ, ਅਸੀਂ ਹਰੇਕ ਵਾਰੀ ਲੈਣ ਜਾਣੇ ਸਰਪੰਚ ਨੂੰ ਵਿਖਾਉਂਦੇ ਆ, ਤੇ ਸਾਡੇ ਚਾਰ ਸਪੇਰਾ ਚੋਈ ਜਾਂਦੇ ਅੰਦਰ ਬਾਹਰ ਜਦੋਂ ਮੀਂਹ ਪੈਂਦਾ, ਬਾਰਿਸ਼ ਪੈਂਦੀ ਆ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਾਅਦਾ ਕੀਤਾ, ਲੋਕਾਂ ਨੇ ਬਹੁਤ ਵੋਟਾਂ ਪਾਈਆਂ ਝਾੜੂ ਨੂੰ, ਕੱਲੇ ਕੱਲੇ ਬੰਦੇ ਨੇ ਝਾੜੂ ਨੂੰ ਵੋਟ ਪਾਈ ਸੀ, ਤੇ ਜਾਂਦੇ ਵੀ ਰਹੇ, ਧਰਮ ਕੋਟ ਵੀ ਜਾਂਦੇ ਰਹੇ, ਅਸੀਂ ਜਿੱਥੇ ਜਾਣਾ ਜਿੱਥੇ ਸਾਨੂੰ ਕਹਿਣਾ ਅਸੀਂ ਉੱਥੇ ਹੀ ਪਹੁੰਚ ਜਾਂਦੇ ਸੀਗੇ ਗੱਡੀਆਂ ਲੈ ਕੇ, ਤੇ ਸਾਡੇ ਕਿਸੇ ਨੇ ਨੀ ਸਾਡੀ ਸੁਣੀ। ਉਹ ਤਾਂ ਕਹਿੰਦੇ ਚਿੱਟਾ ਬੰਦ ਹੋ ਗਿਆ ਪਿੰਡਾਂ 'ਚ, ਚਿੱਟਾ ਖਤਮ ਹੀ ਹੋ ਗਿਆ ਜਮਾ, ਚਿੱਟਾ ਵਾਧੂ ਝਾੜੇ ਚੱਲਦਾ ਵੱਧ, ਹਾਂ ਅਸੀਂ ਹੁਣ ਬਹੁਤ ਔਖੇ ਹਾਂ ਇਸ ਗੱਲ ਨੂੰ, ਸਾਡਾ ਸਾਰਾ ਕੁਛ ਘਰੇ ਵੇਖ ਜਾਂਦਾ ਵੀ ਬੱਚੇ ਸਾਡੇ ਨਸ਼ੇ ਪੱਤੇ ਤੋਂ ਬਾਹਲਾ ਹੁਣ ਹੋ ਗਏ। ਬੀਬੀ ਆਪਣੇ ਕਿੰਨੇ ਬੱਚੇ ਆ, ਕੋਈ ਕਰਦਾ ਨਸ਼ਾ? ਇੱਕ ਹੀ ਆ। ਕੀ ਕਰਦਾ ਨਸ਼ਾ? ਹਾਂਜੀ ਕਰਦਾ ਹੈ। ਕੀ ਕਰਦਾ? ਚਿੱਟਾ ਟੀਕੇ ਟੱਲੇ ਲਾਉਂਦੀ ਆ, ਪਹਿਲੇ ਧਾਰ ਤੇ ਨਸ਼ਾ ਬੰਦ ਕੀਤਾ ਜਾਊਗਾ, ਕੋਈ ਬੰਦ ਨੀ ਹੋਇਆ, ਕੋਈ ਸਾਡੀ ਸੁਣਵਾਈ ਨੀ ਹੁੰਦੀ, ਅਸੀਂ ਤਾਂ ਔਖੇ ਬਹੁਤ ਆ, ਹੁਣ ਕਿਸੇ ਨੂੰ ਵੋਟ ਨੀ ਪਾਉਣੀ ਜਿੰਨਾ ਚਿਰ ਪਹਿਲੇ ਧਾਰ ਤੇ ਨਸ਼ਾ ਬੰਦ ਨੀ ਹੁੰਦਾ। ਭਗਵੰਤ ਮਾਨ ਤਾਂ ਕਹਿੰਦਾ ਨਸ਼ਾ ਜਮਾ ਹੀ ਖਤਮ ਹੋ ਗਿਆ ਪਿੰਡਾਂ 'ਚ। ਉਹ ਤਾਂ ਐਂ ਕਹਿੰਦਾ, ਇਦੂ ਜ਼ਿਆਦੇ ਵਿਕਣ ਲੱਗ ਗਿਆ, ਚਾਹ ਖਾਣ ਵਾਂਗੂ ਵਿਕਦਾ ਪਿੰਡ 'ਚ, ਪਤਾ ਸਭ ਨੂੰ ਹੀ ਆ, ਕਹਿ ਦਿੰਦੇ ਸਾਨੂੰ ਪਤਾ ਨੀ, ਤੁਸੀਂ ਦੱਸੋ। ਲੱਗਦਾ ਨੀ ਕਿ ਜੇ ਚਿੱਟਾ ਇਸ ਤਰ੍ਹਾਂ ਹੀ ਵਿਖਦਾ ਰਿਹਾ ਤੇ ਆਉਣ 'ਚ ਜਵਾਕ ਹੀ ਖਤਮ ਹੋ ਜਾਣੇ ਫਿਰ ਆਪਣੇ ਤੋਂ? ਨੌਜਵਾਨ ਪੀੜ੍ਹੀ ਤਾਂ ਗਲੀ ਜਾਂਦੀ ਆ, ਨੌਜਵਾਨ ਕਈ ਮਰ ਗਏ ਆ ਤੇ ਕੋਈ ਉੱਤਾਂ ਨੀ ਬਚਿਆ, ਸਰਕਾਰ ਨੇ ਵੱਧ ਤੋਂ ਵੱਧ ਨਸ਼ਾ ਜ਼ਿਆਦੇ ਚਲਾਤਾ ਹੈ। ਲੱਗਦਾ ਨੀ ਪਹਿਲੀਆਂ ਸਰਕਾਰਾਂ 'ਚ ਨਸ਼ਾ ਇਦੂ ਘੱਟ ਸੀ? ਇਦੂ ਘੱਟ ਸੀਗਾ ਜਦੋਂ ਦੀ ਆਹ ਬਣੀ ਆ ਝਾੜੂ ਸਰਕਾਰ, ਇਦੂ ਵੱਧ ਤੋਂ ਵੱਧ ਆ ਗਿਆ ਨਸ਼ਾ। ਅਸੀਂ ਖੜੇ ਹਾਂ ਲੋਕ ਸਭਾ ਹਲਕਾ ਫਰੀਦਕੋਟ ਦੇ ਇੱਕ ਪਿੰਡ ਗਗੜਾ ਦੇ ਵਿੱਚ, ਗਰਾਊਂਡ ਜ਼ੀਰੋ 'ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਾਂਗੇ ਕਿ ਲੋਕ ਅੱਜ ਕੀ ਚਾਹੁੰਦੇ ਨੇ। 5 ਸਾਲ ਪਹਿਲਾਂ ਵੀ ਇਹਨਾਂ ਨੇ ਲੋਕ ਸਭਾ ਮੈਂਬਰ ਚੁਣ ਕੇ ਭੇਜਿਆ ਸੀ ਅਤੇ ਕਿੰਨੇ ਕੁ ਜਿਹੜੇ ਕੰਮ ਹੋਏ ਆ ਉਹ ਵੀ ਇਹਨਾਂ ਦੇ ਨਾਲ ਜਵਾਨੀ ਸੁਣਾਂਗੇ। ਹੁਣ ਫਿਰ ਵੋਟਾਂ ਆਈਆਂ, ਕਿਹੋ ਜਿਹਾ ਉਮੀਦਵਾਰ ਜਿਹੜਾ ਚੋਣਾਂ 'ਚ ਆਉਂਦੇ ਨੇ? ਸਵਾਗਤ ਆ ਬਾਪੂ ਜੀ, ਪਹਿਲਾਂ ਤਾਂ ਤੁਹਾਡਾ। ਹਾਂਜੀ 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 ਬਾਪੂ ਜੀ, ਲਗਾਤਾਰ ਜਿਹੜੀਆਂ ਵੋਟਾਂ ਆਪਾਂ ਪਾਉਂਦੇ ਆ ਰਹੇ ਹਾਂ, ਕਾਫੀ ਸਮਾਂ ਹੋ ਗਿਆ, ਤੁਸੀਂ ਵੀ ਬਹੁਤ ਵੋਟਾਂ ਪਾਈਆਂ ਹੋਣਗੀਆਂ। ਪਿਛਲੀ ਵਾਰ ਵੀ ਆਪਾਂ ਮੈਂਬਰ ਪਾਰਲੀਮੈਂਟ ਚੁਣਿਆ ਸੀ, ਕਿਸ ਤਰ੍ਹਾਂ ਦਾ ਰਿਹਾ ਮੈਂਬਰ? ਉਹੀ ਕਈ ਕੁਹਾੜੀ ਹੈ ਜੀ, ਸਾਨੂੰ ਤਾਂ ਅਸੀਂ ਤਾਂ ਇਹ ਦੇਖਦੇ 77 ਸਾਲ ਦੀ ਉਮਰ ਹੈ ਮੇਰੀ, ਜੋ ਮੈਂ ਵੇਖਣਾ ਅੱਜ ਤੱਕ ਕਦੇ ਕੋਈ ਸੁਧਾਰ ਨਾ ਹੋਇਆ ਨਾ ਹੋਣਾ ਮੇਰੀ, ਮੈਨੂੰ ਤਾਂ ਮੈਂ ਤਾਂ ਹੈ ਨੀ ਗੀ, ਜੇ ਕੋਈ ਸੁਧਰ ਜੇ ਗੱਲ ਵੱਖਰੀ ਆ, ਪਰ ਨਹੀਂ ਹੋਪਲੈਸ ਆ। ਜਦੋਂ ਕੋਈ ਵੀ ਸਰਕਾਰ ਆਉਂਦੀ ਹੈ ਬਾਪੂ ਜੀ, ਵਾਅਦੇ ਹੁੰਦੇ ਆ, ਪਿਛਲੀ ਵਾਰ ਵੀ ਵਾਅਦੇ ਤਾਂ ਕਰਦੇ, ਬਹੁਤ ਵਾਅਦੇ ਕਰਦੇ ਆ ਜੀ, ਵਾਅਦੇ ਤਾਂ ਬਹੁਤ ਹੁੰਦੇ ਆ ਪਰ ਪੂਰਾ ਇੱਕ ਵੀ ਨਹੀਂ ਹੁੰਦਾ, ਬਸ ਕਹਿਣ ਵਾਲੇ ਹੈਗੇ, ਕਹਿ ਕੇ ਕੋਈ ਤਾਂ ਬਸ ਤੁਰ ਜਾਂਦੇ ਆ। ਸਮੱਸਿਆਵਾਂ ਕੀ ਆ ਜਿਹੜੀਆਂ ਅੱਜ ਵੀ ਪਿੰਡਾਂ ਦੀਆਂ? ਪਿੰਡਾਂ ਆਪਾਂ ਆਉਂਦੇ ਤੁਹਾਨੂੰ ਪਤਾ ਹੀ ਆ ਜੀ, ਪਹਿਲੀ ਗੱਲ ਨਸ਼ੇ ਦੀ ਜਿਹੜੀ ਗੱਲ ਆ ਵੱਡੀ, ਤਾਂ ਨਸ਼ੇ ਦੀ, ਨਸ਼ੇ ਨੂੰ ਤਾਂ ਲੈ ਲਏ ਆਪਣੇ ਜਵਾਨ, ਕੋਈ ਵਿਆਹ ਪਿੰਡਾਂ ਦੇ ਵਿੱਚ ਕੋਈ ਨਸ਼ੇ ਕਰ ਕਰਕੇ ਬਸ ਉਹ ਨਸ਼ਾ ਨਾ ਗੌਰਮੈਂਟ ਬੰਦ ਕਰਦੀ, ਗੱਲਾਂ ਕਰ ਛੱਡਦੇ, ਖਤਮ ਕਰਦੇ ਨਸ਼ਾ, ਖਤਮ ਕਰਦੇ, ਵਧੀਆ ਸਗੋਂ ਅੱਗੇ ਨਾਲੋਂ, ਪਰ ਨਹੀਂ ਇੱਥੇ ਕੋਈ ਗੱਲਾਂ ਹੀ ਗੱਲਾਂ ਚੱਲੀਆਂ, ਹੋਰ ਕੋਈ ਕੰਮ ਹੈ ਨਹੀਂ। ਬਾਪੂ ਜੀ ਮੁੰਡੇ ਵੀ ਕੰਮ ਵਾਲੇ ਬਹੁਤ ਘੱਟ ਦਿੰਦੇ ਆ ਪਿੰਡਾਂ ਦੇ ਵਿੱਚ, ਜੇ ਦੇਖਿਆ ਜਾਵੇ ਤਾਂ ਅੱਗੇ ਕੰਮ 'ਚ ਮੁੰਡੇ ਰੁੱਝੇ ਹੁੰਦੇ ਸੀ, ਮੁੰਡੇ ਹੁਣ ਲੋਕ ਹੈ ਹੀ ਨਹੀਂ ਜੀ, ਕੁਝ ਵਿਦੇਸ਼ ਚਲੇ ਗਏ, ਇੱਥੋਂ ਬੇਰੁਜ਼ਗਾਰੀ ਹੈਗੀ, ਰੁਜ਼ਗਾਰ ਮਿਲਦਾ ਨੀਗਾ, ਬਾਹਰ ਨੂੰ ਦੇਸ਼ਾਂ 'ਚ ਚਲੇ ਗਏ, ਬਾਕੀ ਇੱਥੇ ਹੈਗੇ ਉਹ ਨਸ਼ੇ ਵਾਲੇ ਰਹਿ ਗਏ, ਬਸ ਉਹ ਕੰਮ ਵਾਲਾ ਬੰਦਾ ਤਾਂ ਫਿਰ ਰਿਹਾ ਹੀ ਨਹੀਂ, ਹੋਰ ਕਰਨਾ ਕੀ ਕਿਸੇ ਨੇ।
ਇਸ ਤੋਂ ਪਹਿਲਾਂ ਵੀ ਮਾਮਾ ਸਦੀਕ ਨੂੰ ਵੋਟਾਂ ਪਾਈਆਂ, ਕਿਤੇ ਪਿੰਡ ਆਇਆ, ਕੋਈ ਹਾਲ ਚਾਲ ਸੁਣਿਆ? ਉਹਨੇ ਕਹਦਾ ਹੁਣ ਗਾਣੇ ਜ਼ਰੂਰ ਸੁਣ ਲਈਦੇ, ਉਹਦੇ ਟੇਪਾਂ ਤੇ ਆਮ ਹੀ ਚੱਲਦੇ ਆ, ਹੋਰ ਤਾਂ ਕੋਈ ਉਹਨੇ ਕੀ ਕਰਨਾ ਵਿਚਾਰੇ ਨੇ, ਨਾਲ ਕਾਹਦੇ ਜੋਗਾ ਦੀ ਬਣਾਇਆ ਕਾਹਦੇ ਹੱਥ 'ਚ? ਪਹਿਲੀ ਗੱਲ, ਕੰਮ ਵਾਲਾ ਬੰਦਾ ਥੋੜ੍ਹਾ ਸੀਗਾ, ਉਹ ਤਾਂ ਗਾਇਕ ਸੀਗਾ, ਇੱਕ ਗਾਣੇ ਸੁਣ ਲਓ ਉਹਦੇ। ਹੁਣ ਫੇਰ ਗਾਇਕ ਆ ਗਏ ਮੂਹਰੇ ਜੀ, ਦੋ ਕੁੰਜ ਜੀ ਆ ਜਾਂਦੇ ਆ, ਆਪਾਂ ਕਿਹੜਾ ਵੀ ਜ਼ਰੂਰੀ ਆ ਵੀ ਆਪਾਂ ਵੋਟ ਉੱਥੇ ਨੂੰ ਪਾਉਣੀ, ਉਹ ਵੀ ਕਰ ਦੂਗਾ, ਉਹ ਕੁਛ ਉਹ ਗੱਲ ਜਿਹੜਾ ਅੱਗੇ ਕਰਕੇ ਗਿਆ, ਹੋਰ ਕੀ ਕਰਨਾ। ਲੋਕ ਕੀ ਚਾਹੁੰਦੇ, ਕਿਹੋ ਜਿਹਾ ਲੀਡਰ ਹੋਣਾ ਚਾਹੀਦਾ ਜਿਹੜਾ ਤੁਹਾਡਾ ਲੀਡਰ ਸਾਡੀਆਂ ਸਮੱਸਿਆਵਾਂ ਹੱਲ ਕਰੇ ਜੀ, ਬਸ ਇਹੀ ਆਪਾਂ ਤੋਂ ਵੱਡੀ ਗੱਲ ਹੈ। ਪਿੰਡਾਂ ਦੇ ਸੁਧਾਰ ਹੋਵੇ, ਕੋਈ ਨਸ਼ੇ ਖਤਮ ਹੋਣ, ਬੇਰੁਜ਼ਗਾਰੀ ਘਟੇ, ਜਵਾਨ ਨੌਜਵਾਨਾਂ ਰੁਜ਼ਗਾਰ ਮਿਲੇ, ਇਹ ਚੀਜ਼ ਹੁੰਦੀ ਆ। ਲੀਡਰ ਕਿਹੋ ਜਿਹਾ ਚਾਹੁੰਦੇ, ਕਿਹੋ ਜਿਹਾ ਹੋਣਾ ਚਾਹੀਦਾ, ਕਿਹੜੀਆਂ ਸਮੱਸਿਆ ਜਿਹੜੀਆਂ? ਲੀਡਰ ਇਹੋ ਜਿਹਾ ਹੋਣਾ ਚਾਹੀਦਾ ਵੀ ਜਿਹਨੂੰ ਪਤਾ ਹੋਵੇ ਕਿਸਾਨੀ ਬਾਰੇ, ਪਤਾ ਹੋਵੇ ਚਾਹੇ ਸਾਡੇ ਮਾਹੌਲ ਪਿੰਡਾਂ ਦੇ ਬਾਰੇ ਪਤਾ ਹੋਵੇ, ਇਹ ਜਿਹਾ ਲੀਡਰ ਹੋਣਾ ਚਾਹੀਦਾ। ਕਲਾਕਾਰਾਂ ਨੂੰ ਕੀ ਪਤਾ ਹੁੰਦਾ ਪਿੰਡਾਂ 'ਚ ਕਿਵੇਂ ਰਹਿਣਾ, ਕਿੰਨੀ ਕੁ ਦਿਹਾੜੀ ਕਰਨੀ ਔਖੀ ਆ, ਕਿਵੇਂ ਭੱਠੇ ਦੇ ਇੱਟਾਂ ਲੱਦਣੀਆਂ, ਕਿੰਨੀਆਂ ਕੁ ਔਖੀਆਂ, ਕਿਵੇਂ ਪੈਸਾ ਬਣਨਾ, ਜਾਂ ਅਸੀਂ ਕਿਵੇਂ ਬੱਚੇ ਆਪਦੇ ਪਾਲਦੇ ਪਾਲਣ ਪੁੱਛਣ ਬਾਰੇ ਪਤਾ ਹੋਵੇ ਕਿਸੇ ਬੰਦੇ ਨੂੰ, ਉਹ ਜਿਹਾ ਲੀਡਰ ਚਾਹੀਦਾ। ਅੱਜ ਤਾਂ ਨਸ਼ਾ ਨਹੀਂ ਕੀਤਾ ਸੀਗਾ, ਕੀ ਕਰੀਏ ਹੁਣ, ਮਰੀਜ਼ ਲਾਈ ਚਿੱਟੇ 'ਤੇ ਪਈ ਹੈ, ਅੱਜ ਪਹਿਲਾਂ ਕਦੇ ਕਾਲੀਆਂ ਨੇ ਲਿਆਂਦਾ ਅਤੇ ਹੁਣ 5 ਸਾਲ ਉਹ ਲੰਘ ਗਏ, ਜਾਂ 3 ਸਾਲ ਇਹਨਾਂ ਨੂੰ ਹੋ ਗਏ, ਇਹਨਾਂ ਨੇ ਦੱਸੋ ਵੀ ਕਿਹੜਾ ਹਟਾਏ, ਪਹਿਲਾਂ ਦੇ 8 ਦਿਨਾਂ 'ਚ ਬੰਦ ਕਰਾਂਗੇ ਜੀ, ਅਤੇ ਬੰਦ ਨਾ ਕੀਤਾ। ਮੁੱਖ ਮੰਤਰੀ ਤਾਂ ਕਹਿੰਦੇ ਸੀ ਆਮ ਘਰਾਂ ਦਾ ਮੁੰਡਾ, ਆਮ ਘਰਾਂ ਦੇ ਮੁੰਡੇ ਵਾਂਗ ਸਰਕਾਰ ਚੱਲੂ, ਗੱਲਾਂ ਵਾਲਾ ਹੈਗਾ, ਗੱਲਾਂ ਸੁਣਾ ਸੁਣਾ ਕੇ ਤਾਂ ਸਾਰੇ ਉਹਨੂੰ ਜਾਣਦੇ ਹੀ ਆ ਵੀ ਜਿੰਨੀਆਂ ਯੋਗਾ ਹੈਗਾ, ਗੱਲਾਂ ਸੁਣਾ ਕੇ ਬਣ ਗਿਆ, ਕੁਰਸੀ ਮਿਲ ਗਈ ਆ, ਹੁਣ ਕਿਸੇ ਨੂੰ ਪੁੱਛਦਾ ਵੀ ਕਿਹਦਾ ਘਰ, ਮਾਂ ਪਿਓ ਮਰਦਾ, ਦੁੱਖ ਪੁੱਤ ਮਰਦਾ, ਅੱਜ ਹੀ ਮਰਿਆ ਗਾ ਅਖਬਾਰ 'ਤੇ ਪੜਿਆ ਇੱਥੇ ਦੌਲਤਪੁਰੇ ਦਾ, ਉਹਨਾਂ ਨੂੰ ਪੁੱਛ ਕੇ ਵੇਖੋਗਾ ਵੀ ਉਹਨਾਂ ਨੂੰ ਕੀ ਕਹਿੰਦਾ, ਇਹ ਸਰਕਾਰਾਂ ਕੀ ਕਹਿਣਗੀਆਂ, ਕੋਈ ਕੰਮ ਨਹੀਂ ਸਾਡੇ ਪਿੰਡ ਹੋਇਆ ਜਿਹੜਾ ਕੱਲ੍ਹ ਹੀ ਦਲ 'ਚ ਹੋਇਆ ਹੋਇਆ, ਆਹ ਪਾਰਕਾਂ ਵੇਖ ਲਓ, ਆਹ ਹੀ ਪਾਰਕ ਵੇਖ ਲਓ ਜਿੱਥੇ ਬੈਠੇ, ਉਦੋਂ ਬਾਅਦ 5 ਸਾਲ ਕਾਂਗਰਸ ਦੇ ਆਏ, ਇੱਕ ਵੀ ਐਟ ਲੱਗੀ ਹੋਈ, ਇੱਕ ਵੀ ਐਟ ਲਵਾਈ ਹੋਈ, ਗਰਾਂਟ ਹੀ ਨਹੀਂ ਦਿੱਤੀ, ਅਤੇ ਪੋਲਟ ਪਾਰਟੀ ਸਰਕਾਰ ਬਣ ਗਈ ਅਤੇ ਕੀ ਕਰੀਏ, ਸਰਪੰਚ ਵੀ ਕੀ ਕਰ ਸਕਦਾ ਉੱਥੇ, ਅਤੇ ਬਣ ਕੇ ਬਸ ਜਿਹੜਾ ਸਾਡੇ ਤਾਂ ਅਕਾਲੀ ਦਲ ਨੇ ਬਣਾਇਆ, ਆਟਾ ਵੀ ਦਾਲ, ਸਾਰੀਆਂ ਸਕੀਮਾਂ ਅਕਾਲੀ ਦਲ ਦੀਆਂ ਹੀ ਹੈ। ਪਿੰਡਾਂ ਦੇ ਵਿੱਚ ਜੇ ਨਸ਼ੇ ਦੀ ਗੱਲ ਕੀਤੀ, ਮੇਰੇ ਆਪਦਾ ਮੁੰਡਾ ਕਿਸੇ ਨੂੰ ਮੈਂ ਕਹੂੰਗਾ, ਮੇਰੇ ਮੈਂ ਨਾ ਨਸ਼ਾ ਬੰਦ ਕਰੋ, ਹੋਰ ਸਾਰਾ ਕੋਈ ਕੰਮ ਨਾ ਹੋਵੇ, ਜਦ ਆਪੇ ਹੌਲੀ ਹੌਲੀ ਬੰਦੇ ਕੋਈ ਨੌਕਰੀ ਨਹੀਂ ਮਿਲਦੀ, ਕੋਈ ਵਾਸਤਾ ਨਹੀਂ, ਕੋਈ ਜਿੱਦਣ ਨੂੰ ਜਾਂਦੇ ਸਾਹਿਬ ਤੋਂ ਡਰਦਾ ਹੀ ਰਹੀਦਾ, ਘਰੋਂ ਤੁਰ ਪਈਦਾ, ਪਤਾ ਨਹੀਂ ਵੀ ਘਰੇ ਵੜੀਦਾ, ਵੜਨਾ ਕਿ ਨਹੀਂ ਵੜਨਾ, ਇੰਨਾ ਡਰ ਲੱਗਦਾ ਰਹਿੰਦਾ, ਨਹੀਂ ਤਾਂ ਦੋ ਦੋ ਬੰਦਿਆਂ ਨੂੰ ਨੇੜੇ ਨਹੀਂ ਆਉਣ ਦਿੰਦੇ ਅਸੀਂ, ਪਰ ਹੁਣ ਜੋ ਅਗਲੇ ਸਿਰ 'ਚ ਮਾਰੀ ਦੇ ਬੈਠਦੇ ਨੇ, ਮਾਰ ਕੇ ਛੱਡ ਦੇਣਾ, ਜਿਹੜਾ ਮਰਿਆ ਬੰਦਾ ਹੋਊਗਾ ਅਤੇ ਉਹ ਨਸ਼ਾ ਮਿਲਦਾ ਨਹੀਂ, ਉਹ ਵੀ ਕੀ ਕਰਨ, ਜੇ ਚਿੱਟੇ ਦੇ ਲਾਤੇ ਆਉਣ 1000 ਰੁਪਈਆ, ਜੇ ਜੂ ਤਾਂ ਫੇਰ ਹੀ ਕਿ ਨਸ਼ਾ ਕਰੂ। ਆਵਾਮ ਦੀ ਆਵਾਜ਼ ਕੀ ਕਹਿੰਦੀ ਆ? ਮੋਗਾ ਸ਼ਹਿਰ ਵਾਸੀ ਨੇ ਸਰ, ਵੋਟਾਂ ਆ ਗਈਆਂ ਨੇ, ਉਮੀਦਵਾਰ ਵੀ ਆ ਰਹੇ ਨੇ, ਪਿੰਡ ਪਿੰਡ ਜਾ ਰਹੇ ਨੇ, ਤੁਸੀਂ ਵੀ ਸ਼ਹਿਰ ਦੇ ਵਿੱਚ ਹੋ, ਵਪਾਰ ਵੀ ਕਰ ਰਹੇ ਹੋ, ਕਿਸ ਤਰ੍ਹਾਂ ਦਾ ਉਮੀਦਵਾਰ ਚੋਣੇ ਆ? ਵੋਟਾਂ ਫਿਰ ਆ ਗਈਆਂ, ਕਿਸ ਤਰ੍ਹਾਂ ਦਾ ਚੋਣੇ? ਵੇਖੋ ਜੀ, ਹਰ 5 ਸਾਲ ਬਾਅਦ ਪਾਰਲੀਮੈਂਟ ਦੀਆਂ ਵੋਟਾਂ ਆਉਂਦੀਆਂ, ਮੇਰੇ ਮੁਤਾਬਕ ਜਿੰਨੀਆਂ ਵੀ ਅੱਜ ਕੱਲ੍ਹ ਇਲੈਕਸ਼ਨ ਹੁੰਦੇ ਆ, ਜਿੰਨੇ ਵੀ ਲੀਡਰ ਆਉਂਦੇ ਆ, ਹਰ ਲੀਡਰ ਨੇ ਆਪਣੀ ਆਪਣੀ ਆਵਾਜ਼ ਉਠਾਈ ਆ ਵੀ ਸਾਨੂੰ ਵੋਟਾਂ ਪਾਓ, ਪਰ ਜਿਵੇਂ ਹੁਣ ਪੰਜਾਬ ਸਰਕਾਰ ਦੇ ਵਿੱਚ ਆ, ਪੰਜਾਬ ਸਰਕਾਰ ਦੇ ਵਿੱਚ ਜਿੰਨੇ ਵੀ ਆ ਹੁਣ 2.5 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਦੇ, ਪੰਜਾਬ ਦੇ ਲੋਕ ਲੁੱਟੇ ਹੋਏ ਆ, ਪੰਜਾਬ ਸਰਕਾਰ ਨੇ ਉਹ ਕੰਮ ਨਹੀਂ ਕਿ ਜਿੰਨੇ ਵਾਅਦੇ ਕੀਤੇ ਸੀ ਪੰਜਾਬ ਸਰਕਾਰ ਨੇ, ਭਗਵੰਤ ਮਾਨ ਨੇ ਜਿੰਨੇ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਨਹੀਂ ਕੀਤੇ। ਰਹੀ ਸੈਂਟਰ ਦੀ ਗੱਲ, ਸੈਂਟਰ ਨੇ ਤਾਂ ਪੰਜਾਬ ਦਾ ਇੰਨਾ ਨੁਕਸਾਨ ਕੀਤਾ ਕਿਸਾਨ ਅੰਦੋਲਨ ਦੇ ਵਿੱਚ, ਜੋ ਉਹਨਾਂ ਨੇ ਮੰਗਾਂ ਮੰਨੀਆਂ ਸੀਗੀਆਂ ਉੱਥੇ ਕਿਸਾਨਾਂ ਨੂੰ ਉਠਾਤਾ, ਉਹਨਾਂ ਦੀਆਂ ਮੰਗਾਂ ਇਹਨਾਂ ਨੇ ਪੂਰੀਆਂ ਮੰਨੀਆਂ ਨਹੀਂ ਗੀਆਂ, ਕਿਸਾਨ ਫਿਰ ਉਹ ਮੋਰਚੇ 'ਤੇ ਬਹਿਣਾ ਪੈ, ਉਹਨਾਂ ਨੂੰ ਮਜ਼ਬੂਰੀ ਬਹਿਣਾ ਪੈ ਗਿਆ ਸਰਕਾਰ ਕੋਲ, ਉਹ ਕੋਈ ਉਪਾਅ ਨਹੀਂ ਹੋਇਆ, ਕੋਈ ਕੁਛ ਨਹੀਂ ਹੋਇਆ, ਸਰਕਾਰ ਇੰਨੀ ਸੈਂਟਰ ਦੇ ਵਿੱਚ ਸਰਕਾਰ, ਮੋਦੀ ਸਰਕਾਰ ਨੇ ਇੰਨਾ ਨੁਕਸਾਨ ਕੀਤਾ ਪੰਜਾਬ ਦਾ, ਮੇਰੇ ਸਮਾਜ ਜਿਹੜਾ ਸੱਚਾ ਪੰਜਾਬੀ ਆ ਉਹ ਆਪਣੇ ਦਿਲ ਨਾਲ ਹੱਥ ਰੱਖ ਕੇ ਕਹਿ ਦੇ, ਉਹ ਸੈਂਟਰ ਭਾਜਪਾ ਨੂੰ ਵੋਟ ਨਾ ਪਾਵੇ,
ਹੋਰ ਜਿਹੜੀ ਮਰਜ਼ੀ ਪਾਰਟੀ ਨੂੰ ਪਾ ਦੇਵੇ। ਰਹੀ ਗੱਲ ਪੰਜਾਬ ਦੀ, ਪੰਜਾਬ ਦੇ ਭਗਵੰਤ ਮਾਨ ਦੇ ਕੋਲ ਕੁਛ ਨਹੀਂ ਹੋਇਆ। ਭਗਵੰਤ ਮਾਨ ਨੇ ਵੀ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸੀਗੇ ਉਹ ਪੂਰੇ ਨਹੀਂ ਕੀਤੇ। ਮੋਗੇ ਦੇ ਵਿੱਚ ਘੱਟੋ ਘੱਟ ਹੋਰ ਨਹੀਂ ਕੋਈ ਰੁਜ਼ਗਾਰ ਹੀ ਮਿਲ ਜਾਂਦਾ। ਮੋਗੇ ਦੇ ਵਿੱਚ ਕੋਈ ਨਾ ਕੋਈ ਇੰਡਸਟਰੀ ਲਾ ਦਿੰਦੇ। ਮੋਗੇ ਦੇ ਲੋਕਾਂ ਨੂੰ ਲੁਧਿਆਣੇ ਕੰਮ ਕਰਨ ਲਈ ਜਾਂਦਾ ਪੈਣਾ, ਜਾਂ ਫਿਰੋਜ਼ਪੁਰ ਜਾਣਾ ਪੈਂਦਾ, ਜਾਂ ਜਲੰਧਰ ਜਾਣਾ ਪੈਂਦਾ। ਮੋਕੀ ਮੋਗਾ ਇੰਨਾ ਮਾੜਾ, ਅੱਜ ਤੱਕ ਜਿੰਨੇ ਵੀ ਐਮ ਪੀ ਆਏ ਆ ਮੋਗੇ ਲਈ ਕੋਈ ਇੰਡਸਟਰੀ ਲਾਈ। ਮੋਗੇ ਦਾ ਜੋ ਉਹਨਾਂ ਨੇ ਚਾਹੀਦਾ ਸੀਗਾ ਮੋਗੇ ਦੇ ਲੋਕਾਂ ਨੂੰ, ਉਹ ਸਹੂਲਤਾਂ ਸੁੱਖ ਸਹੂਲਤਾਂ ਉਹ ਨਹੀਂ ਮਿਲੀਆਂ। ਕਿਹੋ ਜਿਹਾ ਉਮੀਦਵਾਰ ਬਾਪੂ ਜੀ ਹੋਣਾ ਚਾਹੀਦਾ? ਪਹਿਲਾਂ ਵੀ ਸਦੀਕ ਸਾਹਿਬ ਨੂੰ ਵੋਟਾਂ ਪਾ ਕੇ ਭੇਜਿਆ ਹਲਕੇ ਨੇ, ਹੁਣ ਕਿਹੋ ਜਿਹਾ ਉਮੀਦਵਾਰ ਚਾਹੁੰਦੇ ਹਲਕੇ? ਅੱਜ ਤਾਂ ਚੰਗਾ ਹੀ ਸਤਾਉਣੇ ਆ, ਚੰਗਾ ਉਮੀਦਵਾਰ ਆਵੇ ਤੇ ਉਹਨੂੰ ਪਾਵਾਂਗੇ। ਮੰਗਾਂ ਕੀ ਆ ਜਿਹੜੀਆਂ ਅਜੇ ਵੀ ਪੂਰੀਆਂ ਨਹੀਂ? ਮੰਗਾਂ ਕੋਈ ਮੰਗ ਕੀਤੀ ਕਿਹੜੀ ਪੂਰੀ? ਕੋਈ ਮੰਗ ਨਹੀਂ ਪੂਰੀ ਕੀਤੀ। ਰੋਸ ਸਰਕਾਰਾਂ ਦੇ ਪੂਰਾ? ਰੋਸ ਪੂਰਾ ਰੋਸ ਹੈ। ਹੋਰ ਵੀ ਨੇ ਸਾਡੇ ਨਾਲ ਸਰ, ਸ਼ਹਿਰ ਵਾਸੀ ਕਹਿੰਦੇ ਆ ਬਈ ਇਹੋ ਜਿਹਾ ਉਮੀਦਵਾਰ ਹੋਵੇ ਜਿਹੜਾ ਕੰਮ ਕਰੇ ਸਾਡਾ। ਪਿਛਲੀ ਵਾਰ ਸਦੀਕ ਸਾਹਿਬ ਨੂੰ ਵੋਟਾਂ ਪਾ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਸੀ, ਅਤੇ ਹੁਣ ਫਿਰ ਚਾਰ ਉਮੀਦਵਾਰ ਖੜ੍ਹੇ ਆਪਣੇ ਵਿੱਚ, ਕਿਹੋ ਜਿਹਾ ਉਮੀਦਵਾਰ ਚਾਹੁੰਦੇ ਆ? ਉਮੀਦਵਾਰ ਇਹੋ ਜਿਹਾ ਚਾਹੀਦਾ ਜਿਹੜਾ ਕਿ ਸਾਰੇ ਇਲਾਕੇ ਫਰੀਦਕੋਟ ਨੂੰ ਦੇਣ ਦੇਵੇ, ਕਿ ਜਿਵੇਂ ਸਰ ਸਦੀਕ ਜੀ ਆਪਣੇ ਬਣੇ ਸੀਗੇ ਉਹ ਸੁੱਤੇ ਰਹੇ ਜਦੋਂ ਆਪਣੇ ਜਾਂਦੇ ਆ ਦਿੱਲੀ, ਪਰ ਇਹੋ ਜਿਹਾ ਸਾਨੂੰ ਉਮੀਦਵਾਰ ਨਹੀਂ ਚਾਹੀਦਾ। ਸਾਨੂੰ ਨੌਜਵਾਨ ਜਿਵੇਂ ਮੁੰਡੇ ਖੜ੍ਹੇ ਆ, ਅਨਮੋਲ ਜੀ ਖੜ੍ਹੇ ਆ, ਸਾਨੂੰ ਇਹੋ ਜਿਹਾ ਲੀਡਰ ਤਿਆਰ ਕਰਨਾ ਚਾਹੀਦਾ, ਪਾਰਟੀ ਦਾ ਬਹੁਤ ਵਧੀਆ ਕੰਮ ਕਰ ਲੈਣਗੇ। ਕਲਾਕਾਰ ਵੀ ਤਾਰ 'ਤੇ ਪਾਰਟੀਆਂ ਨੇ, ਆਮ ਲੋਕ ਵੀ ਨੇ, ਕਿਹੋ ਜਿਹਾ ਉਮੀਦਵਾਰ ਚਾਹੁੰਦੀ ਨੌਜਵਾਨ ਪੀੜ੍ਹੀ? ਕਿਹੜੇ ਕੰਮ 'ਚ ਨਹੀਂ ਹੋਏ ਜਿਹੜੇ ਚਾਹੀਦੇ ਆ? ਕੋਈ ਵੀ ਨਹੀਂ ਹੋ ਰਿਹਾ ਜੀ ਕੰਮ, ਕੋਈ ਕੰਮ ਨਹੀਂ ਹੋ ਰਿਹਾ। ਇਹੋ ਜਿਹਾ ਉਮੀਦਵਾਰ ਚਾਹੀਦਾ ਜਿਹੜਾ ਹਰੇਕ ਕੰਮ ਕਰੇ, ਬੇਰੁਜ਼ਗਾਰੀ ਖਤਮ ਕਰਨੇ, ਮੇਨ ਮੁੱਦਾ ਇਹੀ ਆ ਜੀ, ਬੇਰੁਜ਼ਗਾਰੀ ਖਤਮ ਕਰੇ। ਜਿਹੜਾ ਲੋਕਾਂ ਨੂੰ ਮਗਰ ਲਾ ਰੱਖਿਆ ਆਹ ਚੀਜ਼ ਫਰੀ ਕਰਤੀ, ਉਹ ਚੀਜ਼ ਫਰੀ ਕਰਤੀ, ਉਹ ਬੰਦ ਕਰਕੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਾਣ, ਕਹਿ ਜਾਂਦੇ ਕਰਦੇ ਕੁਛ ਨਹੀਂ, ਕਹਿਰਾਂ ਵੋਟਾਂ ਪਵਾ ਕੇ ਉਦੋਂ ਬਾਅਦ ਚੱਲ ਜਾਂਦੇ ਆ, ਕਹਿੰਦੇ ਨਹੀਂ ਕੁਛ ਕਰਦੇ ਨਹੀਂਗੇ। ਸਰ ਵੋਟਾਂ ਤੋਂ ਪਹਿਲਾਂ ਨਸ਼ੇ ਦਾ ਮੁੱਦਾ ਬਹੁਤ ਵੱਡਾ ਰਿਹਾ ਸੀ, ਇੱਕ ਦੂਜੀ ਪਾਰਟੀ 'ਤੇ ਦੂਸ਼ਣਬਾਜ਼ੀ ਹੋਈ ਸੀ, ਫਲਾਨੀ ਪਾਰਟੀ ਨੇ ਨਸ਼ਾ ਲਿਆਂਦਾ, ਸਾਡੀ ਪਾਰਟੀ ਆਊਗੀ ਖਤਮ ਕਰਾਂਗੇ, ਕਾਂਗਰਸ ਨੇ ਕਿਹਾ ਜੀ ਅਸੀਂ ਖਤਮ ਕਰਾਂਗੇ। ਹੁਣ ਕਿਸ ਤਰ੍ਹਾਂ ਦੇ ਹਾਲਾਤ ਆ? ਤੁਸੀਂ ਪਿੰਡਾਂ ਦੇ ਵਿੱਚ ਰਹਿੰਦੇ ਆ, ਸ਼ਹਿਰਾਂ ਦੇ ਵਿੱਚ ਰਹਿ ਜਾਂਦੇ ਆ, ਕਿਸ ਤਰ੍ਹਾਂ? ਸਰ ਜੀ ਨਸ਼ਾ ਤਾਂ ਬਹੁਤ ਜ਼ਿਆਦਾ ਹੋਇਆ ਹਰਦਾ, ਜਦੋਂ ਜਿਹਨਾਂ ਨੇ ਇਹਨੇ ਉਹ ਮਾੜੇ ਮਾੜੇ ਅਕਾਲੀ ਦਲ ਵੇਰੇ ਵੀ ਨਹੀਂ ਇੰਨਾ ਹੋਇਆ ਸੀ ਨਸ਼ਾ, ਐਵੇਂ ਆਖੀਆ ਝੂਠ ਨਹੀਂ ਮਾਰਨਾ। ਕਾਂਗਰਸ ਜਿਹੜਾ ਹੁਣ ਸਾਰੇ ਆਮ ਵਿਕੀ ਜਾਂਦਾ ਨਸ਼ਾ, ਨਸ਼ੇ ਨੂੰ ਕੋਈ ਸਰਕਾਰ ਠੱਲ ਨਹੀਂ ਪਾ ਰਹੀ ਹੈ ਵੀ ਨਸ਼ਾ ਤਾਂ ਸਾਡੇ ਸਭ। ਸਰ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਸੀ, ਹੁਣ ਫਿਰ ਚਾਰ ਉਮੀਦਵਾਰ ਆ, ਦੋ ਕਲਾਕਾਰ ਖੜਾਤੇ ਆ, ਦੋ ਆਮ ਵਿਅਕਤੀ ਆ, ਕਿਹੋ ਜਿਹਾ ਲੀਡਰ ਚਾਹੁੰਦੇ ਤੁਸੀਂ, ਕਿਹੋ ਜਿਹਾ ਪਸੰਦ ਕਰਦੇ? ਲੋਕਾਂ ਦੀ ਆਵਾਜ਼ ਕੀ ਕਹਿੰਦੀ ਆ? ਲੋਕਾਂ ਦੀ ਆਵਾਜ਼ ਤਾਂ ਉਹ ਕਹਿੰਦੀ ਜੇ ਆਪਣਾ ਕਿਸਾਨੀ ਬਚਾਉਣੀ ਆ ਤੇ ਬੀਜੇਪੀ ਨੂੰ ਆਪਾਂ ਵੋਟ ਨਾ ਦੇਈਏ, ਫਿਰ ਬਜੂ ਭਾਵੇਂ ਅਕਾਲੀ ਦਲ ਨੂੰ ਦੇ ਦਿਓ ਭਾਵੇਂ ਕਾਂਗਰਸ ਨੂੰ ਦੇ ਦਿਓ। ਉਹ ਅਕਾਲੀ ਸਰਕਾਰ ਵੱਲੋਂ ਪ੍ਰੋਜੈਕਟ ਆਏ ਆ, ਜਿੰਨੇ ਵੀ ਪ੍ਰੋਜੈਕਟ ਮੋਗੇ ਦੇ ਵਿੱਚ ਹੋਏ ਆ, ਜੋ ਵੀ ਕੰਮ ਹੋਇਆ ਉਹ ਅਕਾਲੀ ਸਰਕਾਰ ਵੱਲੋਂ ਹੋਇਆ, ਕਾਂਗਰਸ ਅਤੇ ਆਮ ਪਾਰਟੀ ਦੀ ਸਰਕਾਰ ਵੱਲੋਂ ਕੋਈ ਵਿਕਾਸ ਪੱਖੋਂ ਕੁਛ ਵੀ ਨਹੀਂ ਹੋਇਆ, ਬਿਲਕੁਲ ਜ਼ੀਰੋ ਆ। ਵੇਖੋ ਧਰਮਕੋਟ ਦੇ ਕੋਈ ਕਾਲਜ ਤੁਸੀਂ, ਕਾਲਜ ਦਾ ਪ੍ਰੋਜੈਕਟ ਜਥੇਦਾਰ ਜੀ ਲੈ ਕੇ ਆਏ ਸੀ, ਇਹਨਾਂ ਨੇ ਉਹ ਕੰਮ ਰੁਕਾਇਆ ਪਿਆ, ਠੀਕ ਹੈ ਜੀ। ਉਹਦਾ 4.25 ਕਰੋੜ 4.25 ਕਰੋੜ ਰੁਪਏ ਦਾ ਪ੍ਰੋਜੈਕਟ ਸੀਗਾ, ਉਹ ਕੰਮ ਬੰਦ ਪਿਆ। ਦੇਖੋ 6 ਕਰੋੜ ਰੁਪਇਆ ਲੱਗ ਗਿਆ ਜੀ, ਉਹ ਹੁਣ ਕੰਮ ਬਾਕੀ ਹੋਇਆ ਹੀ ਨਹੀਂ ਗਾ, ਕੰਮ ਸਰਕਾਰ ਨੇ ਬੰਦ ਕਰਾ ਤਾ। ਵੇਖੋ ਜੇ ਲੋਕਾਂ ਨੂੰ ਰੁਜ਼ਗਾਰ ਮਿਲੂਗਾ, ਲੋਕੀ ਪੜ੍ਹਾਈ ਕਰਨੀ ਪੜ੍ਹਨਗੇ, ਜੇ ਲੋਕਾਂ ਨੂੰ ਰੁਜ਼ਗਾਰ ਮਿਲੂਗਾ ਤਾਂ ਹੀ ਲੋਕੀ ਜਾਣਗੇ ਸਹੀ ਰਸਤੇ ਜਾਣਗੇ, ਜੇ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਿਆ ਲੋਕਾਂ ਨੇ ਤਾਂ ਪੁੱਠੇ ਵਾਸਤੇ ਜਾਣਾ। ਇਹ ਸੀ ਆਵਾਮ ਦੀ ਆਵਾਜ਼, ਤੁਸੀਂ ਸੁਣਿਆ ਕਿ ਫਰੀਦਕੋਟ ਹਲਕੇ ਦਾ ਆਵਾਮ ਕੀ ਚਾਹੁੰਦਾ ਹੈ, ਕੀ ਮੰਗਾਂ ਨੇ ਲੋਕਾਂ ਦੀਆਂ, ਤੁਸੀਂ ਜਵਾਨੀ ਸੁਣਿਆ। ਹੁਣ 1 ਤਰੀਕ ਨੂੰ ਜਿਹੜੀਆਂ ਲੋਕ ਸਭਾ ਦੀਆਂ ਵੋਟਾਂ ਪੈਣ ਜਾ ਰਹੀਆਂ,
ਇਹ ਦੇਖਣਾ ਹੋਵੇਗਾ ਕਿ ਕਿਸ ਉਮੀਦਵਾਰ ਨੂੰ ਜਿਹੜੇ ਹਲਕੇ ਦੇ ਲੋਕ ਨੇ ਫਤਵਾ ਦਿੰਦੇ ਨੇ ਅਤੇ 4 ਤਰੀਕ ਨੂੰ ਕਿਹੜਾ ਉਮੀਦਵਾਰ ਆ ਜਿਹੜਾ ਇੱਥੋਂ ਜਿੱਤ ਕੇ ਜਾਂਦਾ ਅਤੇ ਆਉਣ ਵਾਲੇ ਸਮੇਂ ਵਿੱਚ ਕੀ ਉਹ ਉਮੀਦਵਾਰ ਇਲਾਕੇ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾ ਪਾਉਂਦਾ ਹੈ ਜਾਂ ਇਸੇ ਤਰ੍ਹਾਂ ਹੀ ਜਿਹੜੇ ਹਲਕੇ ਦੇ ਲੋਕ ਆ ਆਪਣੀਆਂ ਮੰਗਾਂ ਮੰਗਦੇ ਰਹਿਣਗੇ, ਲਗਾਤਾਰ ਸੰਘਰਸ਼ ਕਰਦੇ ਰਹਿਣਗੇ, ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ। ਕੈਮਰਾਮੈਨ ਹਰਪਾਲ ਦੇ ਨਾਲ ਸਰਜੀਤ ਸਿੰਘ ਰੌਲੀ, PTC ਨਿਊਜ਼ ਮੋਗਾ। PTC ਨਿਊਜ਼ ਦੇ ਪ੍ਰੋਗਰਾਮ ਆਵਾਮ ਦੀ ਗੱਲ ਤਹਿਤ ਲੋਕਾਂ ਨੇ ਵੀ ਆਪਦੀਆਂ ਗੱਲਾਂ ਸਾਹਮਣੇ ਰੱਖੀਆਂ ਨੇ ਅਤੇ ਸਵਾਲ ਕਰਦੇ ਵੀ ਨਜ਼ਰ ਆਏ ਨੇ ਲੋਕ ਜਿਹੜੇ ਲੀਡਰਾਂ ਨੂੰ। ਅਤੇ ਸਾਡੇ ਨਾਲ ਲੋਕ ਸਭਾ ਹਲਕਾ ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਰਾਜਵਿੰਦਰ ਸਿੰਘ ਧਰਮਕੋਟ, ਗੱਲਬਾਤ ਕਰਾਂਗੇ। ਰਾਜਵਿੰਦਰ ਜੀ, ਮੁੱਦੇ ਕਿਹੜੇ ਆ ਜਿਹੜੇ ਇਸ ਵਾਰ ਰਹਿਣਗੇ? ਮੁੱਦੇ ਜਿਹੜੇ ਮੇਨ ਨਸ਼ੇ ਦਾ ਮੁੱਦਾ ਹੈ ਜੀ, ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਾ ਮੁੱਦਾ ਹੈਗਾ, ਔਰ ਇਸ ਤੋਂ ਇਲਾਵਾ ਸਿਹਤ ਨੂੰ ਲੈ ਕੇ, ਸਿਹਤ ਸਹੂਲਤਾਂ ਨੂੰ ਲੈ ਕੇ ਅਹਿਮ ਮੁੱਦੇ ਨੇ, ਕਿਸਾਨੀ ਦੇ ਮੁੱਦੇ ਨੇ, MSP ਦਾ ਮੁੱਦਾ ਜਿਸ ਦੇ ਵਿੱਚ, ਔਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ, NSA ਦਾ ਮੁੱਦਾ, ਔਰ ਹੋਰ ਇਸ ਤੋਂ ਇਲਾਵਾ ਐਜੂਕੇਸ਼ਨ ਦੇ ਨਾਲ ਮੁੱਦਾ, ਵਾਤਾਵਰਨ ਦਾ, ਪਾਣੀ ਦਾ ਨੀਚੇ ਜਾ ਰਿਹਾ ਮਿਆਰ, ਇਹ ਸਾਰੀਆਂ ਜਿਹੜੀਆਂ ਮੇਨ ਮੁੱਦੇ ਨੇ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਤਰਜੀਹ ਦੇਵੇਗਾ। ਔਰ ਖਾਸ ਤੌਰ 'ਤੇ ਮਜ਼ਦੂਰ ਵਰਗ ਜਿਹੜਾ, ਉਹਨਾਂ ਦੇ ਮੁੱਦੇ ਨੇ ਕਿ ਮਜ਼ਦੂਰ ਵਰਗਾਂ ਨੂੰ ਜਿਹੜੀਆਂ ਦਰਪੇਸ਼ ਮੁਸ਼ਕਲਾਂ ਆਉਂਦੀਆਂ ਉਹਨਾਂ ਦੇ ਹੱਲ ਦੇ ਲਈ ਢੁਕਵੇਂ ਜਿਹੜੇ ਆ ਉਹ ਪ੍ਰੋਗਰਾਮ ਲਿਖੇ ਜਾਣਗੇ। ਤਾਂ ਸਾਡੇ ਨਾਲ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਜੀਤ ਕੌਰ ਸਾਹੂ, ਮੈਡਮ ਕਿਹੜੇ ਮੁੱਦੇ ਲੈ ਕੇ ਚੱਲੇ ਆ? ਪੰਜਾਬ ਦੇ ਲਈ ਜਿਹੜਾ ਚਿੰਤਾ ਦਾ ਵਿਸ਼ਾ, ਉਹ ਇੱਕ ਤਾਂ ਹੈ ਨਰੇਗਾ, ਇੱਕ ਜਿਹੜੀ ਸ਼ਗਨ ਸਕੀਮ ਹੈ, ਇੱਕ ਜਿਹੜਾ ਕਿਸਾਨਾਂ ਦਾ ਮੁੱਦਾ ਹੈ, ਇੱਕ ਜਿਹੜਾ ਨਸ਼ੇ ਦਾ ਜਿਹੜਾ ਬਹੁਤ ਹੀ ਸੈਂਸਿਟਿਵ ਮੁੱਦਾ, ਉਹਨਾਂ ਨੂੰ ਲੈ ਕੇ ਅਸੀਂ ਲੋਕਾਂ 'ਚ ਜਾ ਰਹੇ ਹਾਂ, ਪਿੰਡਾਂ ਦੇ ਵਿੱਚ ਜਾਂਦੇ ਹਾਂ, ਰੋਸ ਵੀ ਜਤਾਇਆ ਜਾ ਰਿਹਾ। ਜਿਹੜੇ ਆਮ ਲੋਕ ਨੇ, ਆਮ ਲੋਕ ਅੱਜ ਡਰਿਆ ਮਹਿਸੂਸ ਕਰਦੇ, ਲੀਡਰਾਂ ਦੇ ਮੱਥੇ ਲੱਗਣ ਤੋਂ ਵੀ ਡਰ ਰਹੇ ਨੇ ਕਿ ਜਿਹੜਾ ਪਿਛਲੀ ਵਾਰ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਆਮ ਆਦਮੀ ਪਾਰਟੀ ਨੇ, ਪੂਰੇ ਨਹੀਂ ਹੋਏ, ਅਤੇ ਤੁਸੀਂ ਕਿਸ ਤਰ੍ਹਾਂ ਦਾ ਵਿਸ਼ਵਾਸ ਦਿੰਦੇ? ਵਿਸ਼ੇਸ਼ ਤੌਰ 'ਤੇ ਜਿਹੜੇ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸੀ, ਉਦੋਂ ਗਰੰਟੀਆਂ ਦਿੱਤੀਆਂ ਸੀ, ਉਹਦੇ 'ਚ ਬੀਬੀਆਂ ਆਉਂਦੀਆਂ ਜਿਨ੍ਹਾਂ ਨਾਲ ਕਿ ਵਾਅਦਾ ਕੀਤਾ ਗਿਆ ਸੀਗਾ ਕਿ ਅਸੀਂ 1,000 ਰੁਪਇਆ ਤੁਹਾਡੇ ਹਰ ਮਹੀਨੇ ਖਾਤੇ 'ਚ ਪਾਵਾਂਗੇ, ਔਰ ਜਿਹੜੀ ਬੱਚਿਆਂ ਦੀ ਐਜੂਕੇਸ਼ਨ ਉਹ ਫਰੀ ਕਰ ਦਿੱਤੀ ਜਾਊਗੀ, ਜਿਹੜੀ ਹੈਗੀ ਆ ਬੱਚਿਆਂ ਦਾ ਜਿਹੜਾ ਜਿਹੜਾ ਨਸ਼ਾ ਚੱਲ ਰਿਹਾ, ਨਸ਼ੇ ਦਾ ਦੌਰ ਚੱਲ ਰਿਹਾ ਜਿਹੜਾ ਕਿ ਬਹੁਤ ਹੀ ਸਾਡੇ ਸਮਾਜ ਵਾਸਤੇ ਘਾਤਕ ਰੋਗ ਹੈ, ਉਹਦੀ ਜਿਹੜੀ ਗਰੰਟੀ ਦਿੱਤੀ ਸੀ ਕਿ ਅਸੀਂ 20 ਦਿਨਾਂ 'ਚ ਕਰ ਦਾਂਗੇ, ਉਸ ਨੂੰ ਲੈ ਕੇ ਲੋਕਾਂ 'ਚ ਬਹੁਤ ਜ਼ਿਆਦਾ ਰੋਸ ਹੈ, ਔਰ ਲੋਕ ਸਾਨੂੰ ਕਹਿ ਰਹੇ ਆ ਕਿ ਅਸੀਂ ਇਸ ਵਾਰੀ ਉਹਨਾਂ ਨੂੰ ਦੱਸਾਂਗੇ ਕਿ ਜਿਹੜੇ ਉਹਨਾਂ ਨੇ ਸਾਡੇ ਨਾਲ ਝੂਠੇ ਵਾਅਦੇ ਕੀਤੇ ਉਹਨਾਂ ਦਾ 1 ਤਰੀਕ ਨੂੰ ਅਸੀਂ ਜਵਾਬ ਦੇਵਾਂਗੇ। ਮੈਡਮ, ਗੱਲ ਹਰ ਸਰਕਾਰ 'ਤੇ ਆਉਂਦੀ, ਕੈਪਟਨ ਸਾਹਿਬ ਨੇ ਵੀ ਵਾਅਦਾ ਕੀਤਾ ਸੀਗਾ ਕਾਂਗਰਸ ਪਾਰਟੀ 'ਚ ਜਦੋਂ ਹੁੰਦੇ ਸੀ ਕਿ ਅਸੀਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਕਹੀ ਕਹੀ ਨਸ਼ਾ ਜਿਹੜਾ 4 ਹਫ਼ਤਿਆਂ 'ਚ ਖਤਮ ਕਰ ਦੇਂਗੇ, ਕਿਤੇ ਨਾ ਕਿਤੇ ਕਾਂਗਰਸ 'ਤੇ ਵੀ ਧੱਬਾ ਲੱਗਦਾ ਪਿਆ ਵੀ ਜਿਹੜਾ ਕੈਪਟਨ ਜਦੋਂ ਸੀਗੇ ਕਮਾਂਡ ਕੈਪਟਨ ਸਾਹਿਬ ਦੇ ਹੱਥ 'ਚ ਸੀ ਤਾਂ ਉਹਨਾਂ ਨੇ ਵੀ ਨਹੀਂ ਕੰਮ ਕੀਤੇ। ਦੇਖੋ ਜੀ, ਜਦੋਂ ਸਰਕਾਰ ਆਉਂਦੀ ਆ ਉਹ ਵਾਅਦੇ ਕਰਦੀ ਆ ਔਰ ਉਹਨਾਂ ਨੂੰ ਨਿਭਾਉਂਦੀ ਵੀ ਹੈ। ਜਿਹੜਾ ਆਹ ਜਿਹੜਾ 2 ਸਾਲ ਦਾ ਸਮਾਂ ਹੈ ਇਹਦੇ 'ਚ ਤਾਂ ਬਹੁਤ ਜ਼ਿਆਦਾ ਹੀ ਜ਼ੋਰ ਫੜ ਗਿਆ ਨਸ਼ਾ, ਔਰ ਬੀਬੀਆਂ ਜਿਹੜੀਆਂ ਉਹ ਰੋ ਰਹੀਆਂ, ਚੀਕ ਰਹੀਆਂ ਕਿ ਇਹਨੂੰ ਤੁਸੀਂ ਕਿਸੇ ਨਾ ਕਿਸੇ ਤਰੀਕੇ ਇਹਨੂੰ ਬੰਦ ਕਰਾਓ, ਔਰ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਆਓ ਆਪਾਂ ਰਲ ਕੇ ਸਾਰੇ ਇਸ ਮੁਹਿੰਮ ਨੂੰ ਚਲਾਈਏ ਅਤੇ ਆਪਣੀ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਹੈ ਉਹ ਸਾਡੇ, ਅਸੀਂ ਸਾਰਿਆਂ ਨੇ ਲੋਕ ਸਭਾ 'ਚ ਜਾ ਕੇ ਇਹੀ ਆਵਾਜ਼ ਉਠਾਵਾਂਗੇ। ਸਭ ਤੋਂ ਪਹਿਲਾਂ ਸਾਡਾ ਜਿਹੜਾ ਕੰਮ ਹੈ ਇਹੀ ਹੋਊਗਾ ਕਿ ਅਸੀਂ ਨਸ਼ੇ ਆ ਜਿਹੜੇ ਉਹਨਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਾਂਗੇ।
ਕਿਸ ਤਰ੍ਹਾਂ ਚੱਲਦੀ ਹੈ ਚੋਣ ਪ੍ਰਕਿਰਿਆ? ਤੁਸੀਂ ਜਾਣਦੇ ਹੋ ਹਲਕੇ ਦੇ ਵਿੱਚ ਕਿਸ ਤਰ੍ਹਾਂ ਦਾ ਸਹਿਯੋਗ ਆ ਜਿਹੜਾ ਵੋਟਰਾਂ ਵੱਲੋਂ ਮਿਲ ਰਿਹਾ? ਵੋਟਰਾਂ ਵੱਲੋਂ ਜਿਹੜਾ ਸਹਿਯੋਗ ਮਿਲ ਰਿਹਾ ਬਹੁਤ ਹੀ ਵਧੀਆ ਰਿਸਪੋਂਸ ਹੈ ਲੋਕਾਂ ਦਾ, ਔਰ ਜਦੋਂ ਮੈਂ ਦੇਖਦੀ ਹਾਂ ਉਹਨਾਂ ਲੋਕਾਂ 'ਚ ਇੰਨਾ ਉਤਸ਼ਾਹ ਹੈ। ਇੱਕ ਤਾਂ ਲੋਕਾਂ ਨੂੰ ਲੋਕਲ ਕੈਂਡੀਡੇਟ ਮਿਲ ਗਿਆ ਕਿ ਲੋਕ ਹੈ ਜਿਹੜੇ ਉਹ ਕਲਾਕਾਰਾਂ ਤੋਂ ਅੱਕ ਚੁੱਕੇ ਸੀਗੇ, ਔਰ ਲੋਕਾਂ 'ਚ ਬਹੁਤ ਉਤਸ਼ਾਹ ਹੈ, ਔਰ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਲੋਕ ਫਿਰ ਦੁਬਾਰਾ ਤੋਂ ਅਪਣਾਉਣ ਲਈ ਉਤਾਵਲੇ ਹੋ ਚੁੱਕੇ ਹਨ। ਪਿੰਡਾਂ 'ਚ ਜ਼ਿਆਦਾ ਨਹੀਂ, ਤੁਹਾਨੂੰ ਪਤਾ ਹੀ ਰੁਕਾਵਟ ਹੈ ਥੋੜ੍ਹੀ, ਫਿਰ ਵੀ ਕੋਸ਼ਿਸ਼ ਕਰਦੇ ਹਾਂ ਜੇ ਕਿਤੇ ਐਂਟਰੀ ਮਿਲ ਜਾਵੇ ਤਾਂ ਜਾਂਦੇ ਹਾਂ, ਬਾਕੀ ਓਵਰਆਲ ਅੱਛਾ ਚੱਲੇ, ਬੜੀ ਕਿਰਪਾ ਨਾਲ। ਸਰ ਮੁੱਦੇ ਕੀ ਆ, ਕਿਹੜੇ ਮੁੱਦੇ ਆ ਜਿਹੜੇ ਲੋਕਾਂ ਵੱਲੋਂ ਵੀ ਧਿਆਨ ਲੈ ਲੈਂਦੇ ਵੀ ਆਹ ਮੁੱਦੇ ਹੋਣੇ ਚਾਹੀਦੇ ਪੰਜਾਬ ਦੇ? ਪੰਜਾਬ ਦੇ ਮੁੱਦੇ ਇੱਥੇ ਬਹੁਤ ਹੈ, ਬੇਰੁਜ਼ਗਾਰੀ ਆ, ਨਸ਼ਾ ਆ, ਲਾਅ ਐਂਡ ਆਰਡਰ ਹੈ, ਇੰਡਸਟਰੀ ਆ ਜਿਹੜੀ ਸ਼ਿਫਟ ਹੋ ਰਹੀ ਹੈ, ਮਜ਼ਦੂਰ ਆ ਜਿਹਨੂੰ ਚੱਜ ਦੀ ਰੋਟੀ ਨਹੀਂ ਮਿਲਦੀ, ਸਵੇਰੇ ਮੈਂ ਗਿਆ ਸੀ ਰਾਜ ਮਿਸਤਰੀਆਂ ਕੋਲ, ਪੱਲੇਦਾਰਾਂ ਕੋਲ, ਜਿਹੜੇ ਮੈਂ ਉੱਥੋਂ ਸ਼ੁਰੂ ਕਰਦਾ ਜਿੱਥੋਂ ਮੈਂ ਸ਼ੁਰੂ ਹੋਇਆ ਸੀ, ਉਹਨਾਂ ਦੇ ਸਾਰੇ ਦੁੱਖ ਦਰਦ ਸਾਰੇ, ਬਾਕੀ ਇੰਡਸਟਰੀ ਇਸ ਤਰ੍ਹਾਂ ਮੈਂ ਮਿਲਦਾ ਰਹਿੰਦਾ, ਬੱਚਿਆਂ ਨੂੰ ਅੱਛਾ ਪੜ੍ਹਨ ਲਈ ਮਿਲੇ, ਵੱਡੀਆਂ ਇੰਡਸਟਰੀਜ਼ ਲੱਗਣ, ਕਨੈਕਟੀਵਿਟੀ, ਰੇਲਵੇ ਲਾਈਨ ਕੁਛ ਜਗ੍ਹਾ ਮੈਂ ਦੇਖਿਆ ਨਹੀਂ ਹੈ, 60-70 ਮੀਲ ਜਾਣਾ ਪੈਂਦਾ ਆਪਣੇ ਪੁਰਾਣੇ ਦੇ ਸਿਵਾਨਾਂ ਦਾ, ਅਲੱਗ ਅਲੱਗ ਜਗ੍ਹਾ ਦੀਆਂ ਅਲੱਗ ਅਲੱਗ, ਕਿੰਨਾ ਸ਼ਾਨਦਾਰ ਹੈ ਇੰਡਸਟਰੀ, ਏਮਸ ਆਉਣੇ ਚਾਹੀਦਾ, PGI ਇੱਕੋ ਹੀ ਹੈ ਸਾਡੇ ਕੋਲ, ਅਤੇ ਫਰੀਦਕੋਟ ਕੋਈ ਬਿਮਾਰ ਹੋ ਜਾਏ ਅਤੇ ਮੋਗਿਆਂ ਦਾ ਮੋਗੇ ਵੀ ਉਸ ਤਰ੍ਹਾਂ ਦਾ ਨਹੀਂ ਹੈ ਕੋਈ ਹੋਸਪਿਟਲ, ਅਤੇ ਦਯਾਨੰਦ ਜੀ ਤੁਰਦੇ ਦੇ ਰਸਤੇ 'ਚ ਕਈ ਵਾਰੀ ਬਹੁਤ ਨੁਕਸਾਨ ਹੋ ਜਾਂਦਾ, ਇਸ ਕਰਕੇ ਬੜਾ ਕੁਛ ਹੋਣ ਲੱਗਾ। ਬਿਲਕੁਲ, ਹੰਸਰਾਜ ਜੀ ਨੇ ਕਿਹਾ ਕਿ ਜਿਹੜੇ ਪ੍ਰੋਜੈਕਟ ਨੇ ਵੱਡੇ ਪ੍ਰੋਜੈਕਟ ਜਿਹੜੇ ਹਲਕੇ ਦੇ ਵਿੱਚ ਲਿਆਉਣ ਦੀ ਲੋੜ ਆ, ਏਮਸ ਵਰਗੇ ਹਸਪਤਾਲ ਲਿਆਉਣ ਦੀ ਲੋੜ ਆ, ਅਤੇ ਅਸੀਂ ਜਿਹੜੀ ਕੋਸ਼ਿਸ਼ ਆ ਸਾਡੀ, ਜੇਕਰ ਤੁਸੀਂ ਸਾਨੂੰ ਫਤਵਾ ਦਿੰਦੇ ਤਾਂ ਇਹ ਜਿਹੜੀਆਂ ਚੀਜ਼ਾਂ ਅਸੀਂ ਹਲਕੇ ਦੇ ਵਿੱਚ ਜ਼ਰੂਰ ਲੈ ਕੇ ਆਵਾਂਗੇ।